ਅ ਬੱਚੋ ਹੁਣ ਆਵਾਜ਼ ਆ ਰਹੀ ਹੈ ਜੀ ਅ ਗੁੱਡ ਮਾਰਨਿੰਗ ਬੱਚੋ ਹਾਂਜੀ ਹੁਣ ਆਵਾਜ਼ ਸ਼ਾਇਦ ਆਏਗੀ ਅ ਹਾਂਜੀ ਨਵ ਰੰਧਾਵਨ ਮਨਦੀਪ ਰਾਜਵਿੰਦਰ ਗੁਰਮੀਤ ਗੁੱਡ ਮਾਰਨਿੰਗ ਟੂ एवरीवन ਤਾਂ ਬੱਚੋ ਅ ਅੱਜ ਜੋ ਆਵਾਜ਼ ਆ ਰਹੀ ਹੋਏਗੀ ਹਾਂਜੀ ਤਾਂ ਬੱਚੋ ਅੱਜ ਦੇ ਜੋ ਕਰੰਟ ਅਫੇਅਰ ਹੈ ਉਸ ਦਾ ਜੋ ਸੈਸ਼ਨ ਹੈ ਅ ਸ਼ੁਰੂ ਕਰਦੇ ਹਾਂ ਐਂਡ ਬੱਚੋ ਸਭ ਤੋਂ ਪਹਿਲਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਹੀ ਮਾਫੀ ਹਾਂ ਮੰਗਰੇਂ ਜੀ ਸੌਰੀ ਕਿਉਂਕਿ ਸਵੇਰੇ 8:30 ਵਜੇ ਮੈਨੂੰ ਉਮੀਦ ਸੀ ਮੈਂ ਕਲਾਸ ਲੈ ਲਾਂਗਾ ਲੇਕਿਨ ਇੰਟਰਨੈਟ ਕਨੈਕਸ਼ਨ ਬੈਟਰ ਨਾ ਹੋਣ ਕਰਕੇ ਮੈਂ ਘਰ ਤੋਂ ਹੀ ਲੈਣਾ ਚਾਹੁੰਦਾ ਸੀ ਕਲਾਸ ਉਹ ਕਲਾਸ ਲੈ ਨਹੀਂ ਹੋਈ ਠੀਕ ਹੈ ਤਾਂ ਫੇਰ ਮੈਂ ਉਹ ਜੋ ਕਲਾਸ ਹੈ ਕੈਨਸਲ ਕਰਨ ਦੀ ਬਜਾਏ ਥੋੜੀ ਡਿਲੇ ਕਰਤੀ ਹੈ 10 ਵਜੇ ਕਰਤੀ ਹੈ ਠੀਕ ਹੈ ਕੋਸ਼ਿਸ਼ ਸੀ ਕਿਉਂਕਿ ਨਵਾਂ ਸੈਸ਼ਨ ਸ਼ੁਰੂ ਕੀਤਾ ਹੈ ਅੱਜ ਤੋਂ ਕਿ ਇਹ ਜੋ ਕਰੰਟ ਅਫੇਅਰ ਦਾ ਸੈਸ਼ਨ ਹੈ ਹਰ ਰੋਜ਼ ਇਸੇ ਤਰ੍ਹਾਂ ਬਰਕਰਾਰ ਰਹੇਗਾ ਐਂਡ ਸਵੇਰੇ ਹੋਇਆ ਕਰੇਗਾ ਇਸ ਤੋਂ ਇਲਾਵਾ ਜੋ ਸਾਡੀ ਕਲਾਸ ਹੈ ਜੋ ਵੀ ਕਿਸੇ ਸਟੈਟਿਕ ਸਬਜੈਕਟ ਦੀ ਉਹ ਚੱਲਦੀ ਰਹੇਗੀ ਐਂਡ ਇਹ ਜੋ ਕਰੰਟ ਅਫੇਅਰ ਨੇ ਬੱਚਿਓ ਸਾਰੇ ਦੇ ਸਾਰੇ ਆਪਣੇ ਪੰਜਾਬ ਗਵਰਨਮੈਂਟ ਐਗਜ਼ਾਮਸ ਤੇ ਸਪੈਸ਼ਲੀ ਜੋ ਪਟਵਾਰੀ ਤੇ ਲੈਬ ਸਿਲਦਾਰ ਦਾ ਐਗਜ਼ਾਮ ਹੋਣ ਵਾਲਾ ਹੈ ਉਹਨਾਂ ਲਈ ਬੜੇ ਮਹੱਤਵਪੂਰਨ ਹੋਣਗੇ ਠੀਕ ਹੈ ਸੋ ਸਟੂਡੈਂਟਸ ਕੋ ਬਿਨਾ ਕਿਸੇ ਟਾਈ ਵੇਸਟ ਕਰਨ ਤੋਂ ਆਪਾਂ ਜੋ ਹੈ ਆਪਣੇ ਕਰੰਟ ਅਫੇਅਰ ਹੈ ਸ਼ੁਰੂ ਕਰਦੇ ਹਾਂ ਸਟੂਡੈਂਟਸ ਠੀਕ ਹੈ ਸੋ ਸਟੂਡੈਂਟਸ ਪਹਿਲਾ ਜੋ ਕਰੰਟ ਅਫੇਅਰ ਹੈ ਆਪਣਾ ਦੈਟ ਇਜ਼ ਹਾਂਜੀ ਪਹਿਲਾ ਕਰੰਟ ਅਫੇਅਰ ਹੈ ਸਟੂਡੈਂਟਸ ਕਿ ਵੇਅਰ ਵਾਸ ਦਾ 3 ਡੇ ਮੰਡੂ ਫੈਸਟੀਵਲ ਹੈਲਡ ਫਰਮ 13 ਫਰਵਰੀ ਟੂ 15 ਫਰਵਰੀ ਠੀਕ ਹੈ ਸੋ ਸਟੂਡੈਂਟਸ ਮੰਡੂ ਨਾਮ ਦਾ ਇਹ ਜੋ ਫੈਸਟੀਵਲ ਹੈ ਮੰਡੂ ਫੈਸਟੀਵਲ ਹੈ ਇਹਨਾਂ ਦੇ ਵਿੱਚੋਂ ਕਿਸ ਸਟੇਟ ਦੇ ਵਿੱਚ ਹੋਇਆ ਸੀ ਕੇਰਲਾ ਦੇ ਵਿੱਚ ਮਧਿਆਪਰਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੈਸਟ ਬੰਗਾਲ ਜਾਂ ਮਣੀਪੁਰ ਠੀਕ ਹੈ ਜੀ ਤੇ ਜੋ ਤੁਹਾਡੇ ਆਨਸਰਸ ਨੇ ਉਹ ਜਲਦੀ ਜਲਦੀ ਤੁਸੀਂ ਦੇ ਸਕਦੇ ਹੋ ਹਾਂ ਜੀ ਹਾਂ ਜੀ ਆਰੀ ਆਵਾਜ਼ ਤਾਂ ਸਟੂਡੈਂਟਸ ਇਸ ਦਾ ਜੋ ਸਹੀ ਆਨਸਰ ਹੈ ਠੀਕ ਹੈ ਇਸ ਦਾ ਜੋ ਸਹੀ ਆਨਸਰ ਹੈ ਸਟੂਡੈਂਟਸ ਦੈਟ ਇਜ਼ ਮਧਿਆਪਰਦੇਸ਼ ਠੀਕ ਹੈ ਮਧਿਆਪਰਦੇਸ਼ ਦੇ ਵਿੱਚ ਹੈ ਇਹ ਮੰਡੂ ਫੈਸਟੀਵਲ ਹੈ ਐਂਡ ਇਸ ਦਾ ਐਕਸਪਲੇਨੇਸ਼ਨ ਵੀ ਆਪਾਂ ਪੜਾਂਗੇ ਸਟੂਡੈਂਟਸ ਕੀ ਇਹ 3 ਡੇ ਮੰਡੂ ਫੈਸਟੀਵਲ ਐਸ ਹੈਲਡ ਐਟ ਮੰਡੂ ਇਨ ਧਾਰ ਡਿਸਟ੍ਰਿਕਟ ਆਫ ਮਧਿਆਪਰਦੇਸ਼ ਠੀਕ ਹੈ ਤਾਂ ਧਾਰ ਨਾਮ ਦਾ ਡਿਸਟ੍ਰਿਕਟ ਹੈ ਸਟੂਡੈਂਟਸ ਠੀਕ ਹੈ ਜਿਵੇਂ ਪੰਜਾਬ ਦੇ ਵਿੱਚ ਨੇ 22 ਡਿਸਟ੍ਰਿਕਟ ਓਮੀ ਇਹ ਡਿਸਟ੍ਰਿਕਟ ਹੈ ਧਾਰ ਮਧਿਆਪਰਦੇਸ਼ ਦਾ ਐਂਡ ਇਸ ਦਾ ਜੋ ਥੀਮਸ ਦੈਟ ਇਜ਼ ਦਾ ਖੋਜਨੇ ਮੇ ਖੋ ਜਾਓ ਠੀਕ ਹੈ ਖੋਜਨੇ ਮੇ ਖੋ ਜਾਓ ਫੀਲ ਲੋਸਟ ਇਨ ਡਿਸਕਵਰਿੰਗ ਇਟ ਵਾਸ ਇਨੋਗਰੇਟਿਡ ਬਾਈ ਸਟੇਟ ਕਲਚਰ ਐਂਡ ਟੂਰਿਜ਼ਮ ਮਨਿਸਟਰ 우ਸ਼ਾ ਠਾਕੁਰ ਸਟੂਡੈਂਟਸ ਉਥੋਂ ਦੇ ਜੋ 우ਸ਼ਾ ਕਲਚਰ ਐਂਡ ਟੂਰਿਜ਼ਮ ਮਨਿਸਟਰ ਹੈ 우ਸ਼ਾ ਠਾਕੁਰ ਜ ਉਹਨਾਂ ਨੇ ਇਸ ਨੂੰ ਇਨੋਗਰੇਟ ਕੀਤਾ ਹੈ ਠੀਕ ਹੈ ਦੇਖੋ ਮੈਂ ਸਟੂਡੈਂਟ ਹਰ ਇੱਕ ਉਹ ਜੋ ਕੁਐਸਚਨ ਹੈ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨਾ ਜੋ ਆਪਣੇ ਲਈ ਇੰਪੋਰਟੈਂਟ ਹੋ ਸਕਦਾ ਹੈ ਠੀਕ ਹੈ ਹੁਣ ਮਧਿਆਪਰਦੇਸ਼ ਦਾ ਜੋ ਕਲਚਰ ਐਂਡ ਟੂਰਿਜ਼ਮ ਮਿਨਿਸਟਰ ਹੈ ਉਹ ਸ਼ਾਇਦ ਆਪਣੇ ਲਈ ਇੰਪੋਰਟੈਂਟ ਨਾ ਹੋਵੇ ਠੀਕ ਹੈ ਲੇਕਿਨ ਆਪਣੇ ਲਈ ਇੰਡੀਆ ਦਾ ਜੋ ਕਲ ਹਾਂ ਅ ਬੱਚੋ 2 ਮਿੰਟ ਥੋੜੀ ਆਵਾਜ਼ ਨਹੀਂ ਆ ਰਹੀ ਹਾਂਜੀ 2 ਮਿੰਟ ਹਾਂਜੀ ਹਾਂਜੀ ਸਟੂਡੈਂਟਸ ਹੁਣ ਮੇਰੀ ਜੋ ਆਵਾਜ਼ ਹੈ ਅ ਬਿਲਕੁਲ ਠੀਕ ਆ ਰਹੀ ਹੋਏਗੀ ਤੁਹਾਨੂੰ ਹਾਂਜੀ ਸਟੂਡੈਂਟਸ ਜੋ ਆਵਾਜ਼ ਹੈ ਬਿਲਕੁਲ ਠੀਕ ਆ ਰਹੀ ਹੋਏਗੀ ਠੀਕ ਹੈ ਆਵਾਜ਼ ਦਾ ਜ਼ਰੂਰ ਦੱਸ ਦੋ ਤਾਂਕਿ ਕਲਾਸ ਨੂੰ ਅੱਗੇ ਲੈ ਕੇ ਜਾ ਸਕੀਏ ਠੀਕ ਹੈ ਤਾਂ ਸਟੂਡੈਂਟਸ ਇਹ ਹੈ ਮੰਡੂ ਫੈਸਟੀਵਲ ਐਂਡ ਜੋ ਮੱਧਿਆਪਰਦੇਸ਼ ਦੇ ਵਿੱਚ ਹੈ ਜੋ ਹੋਇਆ ਠੀਕ ਹੈ ਚਲੋ ਬਹੁਤ ਚੰਗਾ ਤਾਂ ਸਟੂਡੈਂਟ ਮੱਧਿਆਪਰਦੇਸ਼ ਬਾਰੇ ਇੱਕ ਦੋ ਹੋਰ ਇੰਪੋਰਟੈਂਟ ਚੀਜ਼ਾਂ ਆਪਾਂ ਦੇਖ ਲਈਏ ਠੀਕ ਹੈ ਤਾਂ ਸਟੂਡੈਂਟਸ ਮੱਧ ਪ੍ਰਦੇਸ਼ ਨੂੰ ਠੀਕ ਹੈ ਜਿਹਨੂੰ ਆਪਾਂ ਸ਼ੋਰਟ ਫਾਰਮ ਦੇ ਵਿੱਚ ਐਮ ਪੀ ਬੋਲਦੇ ਹਾਂ ਤਾਂ ਇਸ ਨੂੰ ਅਸੀਂ ਹਾਰਟ ਆਫ ਇੰਡੀਆ ਵੀ ਬੋਲ ਸਕਦੇ ਹਾਂ ਠੀਕ ਹੈ ਹਾਰਟ ਆਫ ਇੰਡੀਆ ਹੈ ਕਿਉਂਕਿ ਇਸ ਦੀ ਜੀਓਗ੍ਰਾਫੀਕਲ ਸਿਚੁਏਸ਼ਨ ਜੋ ਪੋਜੀਸ਼ਨ ਉੱਥੇ ਹੈ ਜਿੱਥੇ ਸਰੀਰ ਦੀ ਜੋ ਪੋਜੀਸ਼ਨ ਹੈ ਹਾਰਟ ਦੀ ਹੁੰਦੀ ਹੈ ਠੀਕ ਹੈ ਨਾਲ ਹੀ ਨਾਲ ਮੱਧ ਪ੍ਰਦੇਸ਼ ਦੀ ਜੋ ਕੈਪੀਟਲ ਹੈ ਭੋਪਾਲ ਇਸ ਨੂੰ ਅਸੀਂ ਸਿਟੀ ਆਫ ਲੇਕਸ ਵੀ ਬੋਲਦੇ ਹਾਂ ਸਿਟੀ ਆਫ ਲੇਕਸ ਵੀ ਇਸ ਨੂੰ ਅਸੀਂ ਬੋਲਦੇ ਹਾਂ ਭੋਪਾਲ ਨੂੰ ਠੀਕ ਹੈ ਆ ਮਧਿਆਪਰਦੇਸ਼ ਐਂਡ ਸਟੂਡੈਂਟਸ 99 ਤੋਂ ਪਹਿਲਾਂ ਪਾਰਸ ਦਾ ਸਭ ਤੋਂ ਵੱਡਾ ਸੂਬਾ ਹੋਇਆ ਕਰਦਾ ਸੀ ਏਰੀਆ ਵਾਈਜ਼ ਲੇਕਿਨ ਫਿਲਹਾਲ ਜੋ ਸਭ ਤੋਂ ਵੱਡਾ ਸੂਬਾ ਹੈ ਉਹ ਹੈ ਰਾਜਸਥਾਨ ਠੀਕ ਹੈ ਤਾਂ ਮਧਿਆਪਰਦੇਸ਼ ਬਾਰੇ ਦੋ ਤਿੰਨ ਜੋ ਇੰਪੋਰਟੈਂਟ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਦੱਸਿਆ ਨੇ ਠੀਕ ਹੈ ਤਾਂ ਸਟੂਡੈਂਟਸ ਇਸ ਤੋਂ ਬਾਅਦ ਫਿਰ ਆਪਾਂ ਅਗਲੇ ਪ੍ਰਸ਼ਨ ਦੀ ਤਰਫ ਚੱਲਦੇ ਹਾਂ ਅਗਲਾ ਪ੍ਰਸ਼ਨ ਹੈ ਵਿਚ ਸਟੇਟ ਗਵਰਨਮੈਂਟ ਹੈਜ਼ ਇੰਟਰੋਡਿਊਸਡ ਦਾ ਸਕੀਮ ਮਾ ਠੀਕ ਹੈ ਮਾ ਨਾਮ ਦੀ ਇਹ ਜੋ ਸਕੀਮ ਹੈ ਹੈ ਅੰਡਰ ਵਿਚ ਦਾ ਗਵਰਨਮੈਂਟ ਵਿਲ ਪ੍ਰੋਵਾਈਡ ਸਬਸਿਡਾਈਜ਼ਡ ਕੁਕਡ ਮੀਲ ਫॉर ਦਾ ਪੂਰ ਐਂਡ ਡੈਸਟੀਟਿਊਟ ਐਟ ਦਾ ਕੋਸਟ ਆਫ ਆਈਐਨਆਰ 5 ਠੀਕ ਹੈ ਇਹਦਾ ਮਤਲਬ ਹੈ ਇਨਾ ਸਟੇਟਸ ਦੇ ਵਿੱਚੋਂ ਕਿਸ ਸਟੇਟ ਨੇ ਹੈ ਮਾ ਨਾਮ ਦੀ ਇਹ ਜੋ ਸਕੀਮ ਹੈ ਲਾਂਚ ਕੀਤੀ ਹੈ ਜਿਸ ਦੇ ਤਹਿਤ ਹੈ 5 ਰੁਪਏ ਦਾ ਜੋ ਪੱਕਾ ਪਕਾਇਆ ਖਾਣਾ ਹੈ ਗਰੀਬ ਲੋਕਾਂ ਨੂੰ ਸਟੂਡੈਂਟਸ ਦਿੱਤਾ ਜਾਏਗਾ ਠੀਕ ਹੈ ਤਾਂ ਬੰਗਾਲ ਹੈ ਤਮਿਲਨਾਡੂ ਹੈ ਤੇਲੰਗਾਨਾ ਹੈ ਆਂਧਰਾ ਹੈ ਮਹਾਰਾਸ਼ਟਰ ਹੈ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸਟੇਟ ਹੈ ਜੋ ਮਾ ਨਾਮ ਦੀ ਸਕੀਮ ਦੇ ਤਹਿਤ 5 ਰੁਪਏ ਦੇ ਵਿੱਚ ਹੈ ਜੋ ਹੈ ਖਾਣਾ ਦਿੱਤਾ ਜਾਏਗਾ ਐਂਡ ਇਹ ਜੋ ਖਾਣਾ ਹੈ ਪੱਕਾ ਬਕਾਇਆ ਖਾਣਾ ਦਿੱਤਾ ਜਾਏਗਾ ਜੀ ਠੀਕ ਹੈ ਸਟੂਡੈਂਟਸ ਇਸ ਦਾ ਜੋ ਸਹੀ ਆਨਸਰ ਹੈ ਹਾਂਜੀ ਸਟੂਡੈਂਟਸ ਇਸ ਦਾ ਜੋ ਸਹੀ ਆਨਸਰ ਹੈ ਬੱਚੇ ਦੇ ਵੀ ਰਹੇ ਨੇ ਹਾਂਜੀ ਪੰਜਾਬੀ ਲੈਂਗੁਏਜ ਵਿੱਚ ਵੀ ਕਰਵਾਓ ਕਰਵਾ ਦਿਓ ਜੀ ਹਾਂਜੀ ਕੁਲਵੀਰ ਜੀ ਪੰਜਾਬੀ ਦੇ ਵਿੱਚ ਵੀ ਮੈਂ ਕੋਸ਼ਿਸ਼ ਕਰ ਰਹੇ ਹਾਂ ਹੈਨਾ ਹਰ ਇੱਕ ਚੀਜ਼ ਪੰਜਾਬੀ ਦੇ ਵਿੱਚ ਐਕਸਪਲੇਨ ਕਰਨ ਦੀ स्टूडेंट्स आंसर है दैट इज द वेस्ट बंगाल ठीक है तो उद्ध तो की जो सीएम है ममता बैनर्जी वर्चुअली लॉन्च स्कीम अंडर विच द गर्मेंट विल प्रोवाइड सबसिडाइज कुक मिल्स फॉर द पुअर एंड डेस्टिट्यूट एट ए कोस्ट ऑफ आइनर फाइव द स्टेट गवर्नमेंट है अलोटेड ए आयनर हंड्रेड करोड़ फॉर द स्कीम द वैस बंगाल गौरमेंट विल वियर ए सबसिडी ऑफ आयनर फिफ्टीन पर प्लेट स्टूडेंट्स ये मतलब है कि यह स्कीम का जो लॉन्च है उ जो मुख्यमंत्री है ममता बैनर्जी उसने किया है ਐਂਡ ਇਸ ਦੇ ਤਹਿਤ ਹੈ 100 ਕਰੋੜ ਰੁਪਿਆ ਹੈ ਗਵਰਨਮੈਂਟ ਆਫ ਇੰਡੀਆ ਸੌਰੀ ਜੋ ਗਵਰਨਮੈਂਟ ਆਫ ਵੈਸਟ ਬੰਗਾਲ ਹੈ ਉੱਥੋਂ ਦੀ ਜੋ ਸਰਕਾਰ ਹੈ ਉਹ ਖਰਚ ਕਰੇਗੀ ਐਂਡ ਪਰ ਪਲੇਟ ਦੇ ਉੱਪਰ ਹੈ ਉਹ 15 ਰੁਪਏ ਦੀ ਸਬਸਿਡੀ ਪ੍ਰੋਵਾਈਡ ਕਰੇਗੀ ਮਤਲਬ ਵੈਸੇ ਉਹ ਪਲੇਟ ਵੀ ਦੀ ਹੋਏਗੀ 5 ਰੁਪਏ ਲੋਕ ਦੇਣਗੇ ਐਂਡ 15 ਰੁਪਏ ਹੈ ਵੈਸਟ ਬੰਗਾਲ ਦੀ ਸਰਕਾਰ ਦੇਵੇਗੀ ਸਟੂਡੈਂਟ ਐਂਡ ਇਸ ਸਕੀਮ ਦਾ ਨਾਮ ਕੀ ਹੈ ਮਾਂ ਸਕੀਮ ਹੈ ਠੀਕ ਹੈ ਤਾਂ ਜਦੋਂ ਸਟੂਡੈਂਟ ਆਪਾਂ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ ਵੈਸਟ ਬੰਗਾਲ ਦੀ ਦਾ ਸਭ ਤੋਂ ਪਹਿਲਾਂ ਤਾਂ ਯਾਦ ਰੱਖਣੇ ਕਿ 2022 ਦੇ ਵਿੱਚ ਉੱਥੇ ਜੋ ਹੈ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਵਾਲੇ ਨੇ ਠੀਕ ਹੈ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਵਾਲੇ ਨੇ ਠੀਕ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਸਟੂਡੈਂਟਸ ਕਿ ਅਗਲੇ ਸਾਲ ਪੰਜਾਬ ਦੇ ਵਿੱਚ ਵੀ ਜੋ ਹੈ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਵਾਲੇ ਨੇ ਠੀਕ ਹੈ ਆ ਸੌਰੀ ਇੱਥੇ ਮੈਂ ਥੋੜਾ ਗਲਤ ਲਿਖ ਗਿਆ ਠੀਕ ਹੈ ਆ ਹਾਂਜੀ ਤਾਂ 2021 ਐਂ ਪੰਜਾਬ ਦੇ ਵਿੱਚ 2022 ਅਗਲੇ ਸਾਲ ਹੋਣ ਵਾਲੇ ਨੇ ਇਲੈਕਸ਼ਨ ਠੀਕ ਹੈ ਤਾਂ ਪੰਜਾਬ ਦੇ ਵਿੱਚ ਸਟੂਡੈਂਟਸ ਤੁਹਾਨੂੰ ਸਭ ਨੂੰ ਪਤਾ ਹੈ ਹਾਂਜੀ ਆ ਹਾਂਜੀ ਸਾਨੂੰ ਸਭ ਨੂੰ ਪਤਾ ਹੈ ਕਿ 117 ਸੀਟਾਂ ਨੇ ਜਿਹਦੀਆਂ ਜੋ ਹੈ ਅਗਲੇ ਸਾਲ ਹੈ ਵਿਧਾਨ ਸਭਾ ਦੇ ਜਿਹਦੇ ਵਿੱਚ ਇਲੈਕਸ਼ਨਸ ਹੋਣਗੇ ਠੀਕ ਹੈ ਐਂਡ ਸਟੂਡੈਂਟ ਕੱਲ ਵੀ ਆਪਣੇ ਕੁਝ ਤਰ੍ਹਾਂ ਦੇ ਨਤੀਜੇ ਆਏ ਨੇ ਕਿਸੇ ਇਲੈਕਸ਼ਨ ਦੇ ਪੰਜਾਬ ਦੇ ਵਿੱਚ ਜਲਦੀ ਨਾਲ ਸਾਰੇ ਬੱਚੇ ਦੱਸੋ ਕਿੰਨਾ ਜੋ ਕਿੰਨਾ ਜੋ ਇਲੈਕਸ਼ਨ ਦੇ ਕੱਲ ਨਤੀਜੇ ਆਏ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੈਕਸਿਮਮ ਜੋ ਸੀਟਾਂ ਹੈ ਕਾਂਗਰਸ ਪਾਰਟੀ ਹੈ ਜਿੱਤ ਕੇ ਲੈ ਗਈ ਹੈ ਠੀਕ ਹੈ ਜਗਦੀਕ ਧਾਕੜ ਗਵਰਨਰ ਯੋਜਨਾ ਸੋਲੋ ਟਰੀਵਨ ਹਾਂਜੀ ਹਾਂਜੀ ਤਾਂ ਸਟੂਡੈਂਟ ਉਹ ਜਲਦੀ ਨਾਲ ਜਲਦੀ ਦੱਸੋ ਠੀਕ ਹੈ ਜੀ ਹਾਂ ਗੁਰਪ੍ਰੀਤ ਸਿੰਘ ਨੇ ਥੈਂਕ ਯੂ ਕੀਤਾ ਹੈ ਜੀ ਆਈ ਡੋਨਟ ਨੋ ਕਿਸ ਚੀਜ਼ ਲਈ ਠੀਕ ਹੈ ਲੇਕਿਨ ਸਟੂਡੈਂਟਸ ਜਲਦੀ ਨਾਲ ਦੱਸੋ ਕਿ ਇਹ ਜੋ ਨਤੀਜੇ ਆਏ ਨੇ ਕਿਹੜੇ ਇਲੈਕਸ਼ਨਸ ਦੇ ਆਏ ਨੇ ਠੀਕ ਹੈ ਐਂਡ ਇਹ ਜੋ ਹਾਂ ਜੀ ਕਮਿਊਨਲ ਕਾਰਪੋਰੇਸ਼ਨ ਦੇ ਹਾਂ ਜੀ ਪ੍ਰੀਤੀ ਨੇ ਬਿਲਕੁਲ ਸਹੀ ਆਨਸਰ ਦਿੱਤਾ ਹੈ ਐਂਡ ਮਿਊਨਿਸਪਲ ਕਾਰਪੋਰੇਸ਼ਨ ਸਟੂਡੈਂਟਸ ਇਹ ਦੱਸੋ ਕਿ ਇਹ ਜੋ ਮਿਊਨਿਸਪਲ ਕਾਰਪੋਰੇਸ਼ਨ ਦੇ ਜੋ ਇਲੈਕਸ਼ਨਸ ਨੇ ਠੀਕ ਹੈ ਇਹ ਇਲੈਕਸ਼ਨ ਕੰਡਕਟ ਕੌਣ ਕਰਾਉਂਦਾ ਹੈ ਠੀਕ ਹੈ ਇਹ ਇਲੈਕਸ਼ਨਸ ਹੈ ਕੰਡਕਟ ਕੌਣ ਕਰਾਉਂਦਾ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ ਭਾਰਤ ਦੇ ਵਿੱਚ ਦੋ ਤਰ੍ਹਾਂ ਦੇ ਚੋਣ ਕਮਿਸ਼ਨ ਹੁੰਦੇ ਨੇ ਠੀਕ ਹੈ ਇੱਕ ਹੁੰਦੇ ਨੇ ਚੀਫ ਇਹ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਠੀਕ ਹੈ ਜੋ ਸੈਂਟਰਲ ਸੈਂਟਰਲਾਈਜ਼ਡ ਹੈ ਐਂਡ ਦੂਜੇ ਹੁੰਦੇ ਨੇ ਸਟੇਟ ਇਲੈਕਸ਼ਨ ਕਮਿਸ਼ਨ ਠੀਕ ਹੈ ਸਟੇਟ ਹਰ ਇੱਕ ਸਟੇਟ ਦਾ ਆਪਣਾ ਇਲੈਕਸ਼ਨ ਕਮਿਸ਼ਨ ਹੁੰਦਾ ਠੀਕ ਹੈ ਤਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੈ ਕੌਣ ਕਰਬ ਹੁੰਦਾ ਜੀ ਠੀਕ ਹੈ ਤਾ ਮਨਦੀਪ ਢਿੱਲੋ ਨੇ ਬਿਲਕੁਲ ਸਹੀ ਆਨਸਰ ਦਿੱਤਾ ਹੈ ਜੀ ਗਿੱਦੜਵਾ ਵਿੱਚੋਂ ਸਰ 19 ਚ 18 ਦਿੱਤੇ ਹਾਂ ਜੀ ਚਲੋ ਬੱਚੇ ਆਨਸਰ ਦੇ ਰਹੇ ਨੇ ਤਾਂ ਸਟੂਡੈਂਟ ਯਾਦ ਰੱਖਣਾ ਕਿ ਇਹ ਜੋ ਪੰਚਾਇਤੀ ਇਲੈਕਸ਼ਨਸ ਹੈ ਪੰਚਾਇਤੀ ਇਲੈਕਸ਼ਨਸ ਤੇ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ ਇਹ ਦੋਨੋਂ ਕੌਣ ਕਰਾਉਂਦਾ ਹੈ ਸਟੇਟ ਇਲੈਕਸ਼ਨ ਕਮਿਸ਼ਨ ਹੈ ਕਰਵਾਉਂਦਾ ਹੈ ਜੀ ਠੀਕ ਹੈ ਦੋਨੋਂ ਦੇ ਦੋਨੋਂ ਸਟੇਟ ਇਲੈਕਸ਼ਨ ਕਮਿਸ਼ਨ ਹੈ ਕਰਵਾਉਂਦਾ ਹੈ ਤਾਂ ਇਸ ਤੋਂ ਇਲਾਵਾ ਹਿੰਦੁਸਤਾਨ ਦੇ ਵਿੱਚ ਜੋ ਜਿੰਨੇ ਵੀ ਇਲੈਕਸ਼ਨ ਨੇ ਜਿਵੇਂ ਕਿ ਜਿਵੇਂ ਕਿ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੋਵੇ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੋਵੇ ਲੋਕ ਸਭਾ ਦਾ ਇਲੈਕਸ਼ਨ ਹੋਵੇ ਰਾਜ ਸਭਾ ਦਾ ਇਲੈਕਸ਼ਨ ਹੋਵੇ ਵਿਧਾਨ ਸਭਾ ਦਾ ਇਲੈਕਸ਼ਨ ਹੋਵੇ ਵਿਧਾਨ ਪਰਿਸ਼ਦ ਦਾ ਇਲੈਕਸ਼ਨ ਹੋਵੇ ਠੀਕ ਹੈ ਤਾਂ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਲੋਕ ਸਭਾ ਰਾਜ ਸਭਾ ਵਿਧਾਨ ਸਭਾ ਵਿਧਾਨ ਪਰਿਸ਼ਦ ਇਹ ਸਾਰੇ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਵਾਉਂਦਾ ਹੈ ਲੇਕਿਨ ਪੰਚਾਇਤਾਂ ਤੇ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਹੈ ਉਹ ਸਿਰਫ ਤੇ ਸਿਰਫ ਹੈ ਸਟੇਟ ਇਲੈਕਸ਼ਨ ਕਰਵਾਉਂਦਾ ਹੈ ਠੀਕ ਹੈ ਤਾਂ ਇਹਨਾਂ ਨੂੰ ਅਸੀਂ ਯਾਦ ਰੱਖਣਾ ਹੈ ਇਸ ਤਰੀਕੇ ਨਾਲ ਠੀਕ ਹੈ ਤਾਂ ਸਟੂਡੈਂਟਸ ਆਪਾਂ ਅਗਲੇ ਪ੍ਰਸ਼ਨ ਦੀ ਤਰਫ ਚੱਲ नगोजी अकोंजो ठीक है नकोंजी अकोंजो हु वाज अपॉइंटेड एज सेवंथ डायरेक्टर जनरल ऑफ वर्ल्ड ट्रेड ऑर्गेनाइजेशन इज फ्रॉम व्हिच कंट्री ठीक है द स्टूडेंट दुनिया दी जो व्यापार व्यापारक जो व्यापारक संबंधा ऊपर या व्यापार दे ऊपर रूल्स एंड रेगुलेशन बनावन ली ठीक है जो दुनिया दी सब तो बड़ी ऑर्गेनाइजेशन है वर्ल्ड ट्रेड ऑर्गेनाइजेशन ठीक है तो इज दी नई जो डायरेक्टर जनरल है वो बने ने नकोजी अकोंजो इविला ठीक है ਨਗੋਜੀ ਅਕੋਂਜੋ ਇਵਿਲਾ ਤਾਂ ਇਹ ਜੋ ਨਗੋਜੀ ਅਕੋਂਜੋ ਹੈ ਇੱਕ ਕਿਸ ਕੰਟਰੀ ਤੋਂ ਸਬੰਧਤ ਹੈ ਠੀਕ ਹੈ ਤਾਂ ਇਹ ਆਪਾਂ ਦੱਸਣਾ ਹੈ ਅਫਰੀਕਾ ਤੋਂ ਹੈ ਜਮੈਕਾ ਤੋਂ ਹੈ ਨਾਈਜੀਰੀਆ ਤੋਂ ਹੈ ਠੀਕ ਹੈ ਵੈਸਟ ਇੰਡੀਜ਼ ਤੋਂ ਹੈ ਤੇ ਸੁਡਾਨ ਤੋਂ ਹੈ ਠੀਕ ਹੈ ਇਹਨਾਂ ਦੇ ਵਿੱਚੋਂ ਅਸੀਂ ਦੱਸਣਾ ਹੈ ਠੀਕ ਹੈ ਤਾਂ ਨਾਮ ਹੈ ਦੇਖੋ ਪਹਿਲਾ ਪ੍ਰਸ਼ਨ ਇਸੇ ਤਰ੍ਹਾਂ ਹੀ ਬਣ ਗਿਆ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਨਵੀਂ ਡਾਇਰੈਕਟਰ ਜਨਰਲ ਕੌਣ ਬਣੀ ਹੈ ਠੀਕ ਹੈ ਨਕੋਜੀ ਅਕੋਂਜੋ ਬਣੀ ਹੈ ਠੀਕ ਹੈ ਹਾਂਜੀ ਤਾਂ ਬੱਚੇ ਸਹੀ ਆਨਸਰ ਦੇ ਰਹੇ ਨੇ ਕਾਫੀ ਜ਼ਿਆਦਾ ਤਾਂ ਬੱਚੋ ਇਸ ਦਾ ਜੋ ਸਹੀ ਆਨਸਰ ਹੈ 댓 ਇਜ਼ ਨਾਈਜੀਰੀਆ ਠੀਕ ਹੈ ਤਾਂ ਕਾਫੀ ਬੱਚਾ ਨੇ ਸਹੀ ਆਨਸਰ ਦਿੱਤਾ ਸਤਵੇਂ ਡਾਇਰੈਕਟਰ ਜਨਰਲ ਬਣੀ ਹੈ ਵਰਲਡ ਟਰੇਡ ਆਰਗੇਨਾਈਜੇਸ਼ਨ ਦੀ ਨਕੋਜੀ ਅਕੋਂਜੋ ਐਂਡ ਹਾਈਲ ਹੋਲਡ ਦਾ ਪੋਜੀਸ਼ਨ ਫਰਮ 1 ਮਾਰਚ ਟੂ 31 ਅਗਸਟ ਠੀਕ ਹੈ ਤਾਂ 2025 ਤੱਕ ਠੀਕ ਹੈ ਇਹਨਾਂ ਦਾ ਜੋ ਜੋ ਕਾਰਿਆਕਾਲ ਹੈ ਠੀਕ ਹੈ 1 ਮਾਰਚ ਤੋਂ ਸ਼ੁਰੂ ਹੋਏਗਾ ਅਤੇ 2025 31 ਅਗਸਟ ਤੱਕ ਰਹੇਗਾ ਐਂਡ ਸ਼ੀ ਵਿਲ ਸਕਸੀਡ ਹਾਂਜੀ ਸਟੂਡੈਂਟਸ ਐਂਡ ਸ਼ੀ ਸ਼ੀ ਸਕਸੀਡ ਫੋਰ ਡਾਇਰੈਕਟਰ ਜਨਰਲ ਰੋਬਰਟੋ ਐਸ ਵੈਡੋ ਹੂ ਅਨਾਉਂਸਡ ਹਿਸ ਰਿਟਾਇਰਮੈਂਟ 1 ਇਅਰ ਬਿਫੋਰ ਦਾ ਐਕਸਪਾਇਰੀ ਐਂਡ ਉਹ ਜੋ ਹੈ ਇਸ ਕੁਰਸੀ ਤੇ ਯੂ نو ਆਲਰੇਡੀ ਜੋ ਪਿਛਲੇ ਕਾਫੀ ਸਾਲਾਂ ਤੋਂ ਹੈ ਜੋ ਬੈਠੇ ਸੀ ਰੋਬਰਟ ਐਸ ਵੈਡੋ ਠੀਕ ਹੈ ਰੋਬਰਟ ਐਸ ਵੈਡੋ ਉਹਨਾਂ ਨੂੰ ਸਕਸੀਡ ਕਰਨਗੀ ਮਤਲਬ ਉਹਨਾਂ ਤੋਂ ਅੱਗੇ ਹੈ ਆਪਣਾ ਜੋ ਕਾਰਿਆ-ਪਾਰ ਹੈ ਸੰਭਾਲਣਗੇ ਐਂਡ ਇਹਨਾਂ ਦਾ ਨਾਮ ਕਿਆ ਹੈ ਸਟੂਡੈਂਟਸ ਨੋਗੋਜੀ ਅਕੋਂਜੋ ਹੈ ਠੀਕ ਹੈ ਤਾਂ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਹ ਜੋ ਵਰਲਡ ਟਰੇਡ ਆਰਗੇਨਾਈਜੇਸ਼ਨ ਜਿਹਦੀ ਆਪਾਂ ਗੱਲ ਕਰ वर्ल्ड ट्रेड ऑर्गेनाइजेशन ठीक है इज द जो हेड क्वार्टर है ठीक है हेड क्वार्टर है जिनेवा ਦੇ ਵਿੱਚ ठीक है जिनेवा ਦੇ ਵਿੱਚ ਹੈ ठीक है एंड ये जो जिनेवा है जिनेवा ਦੇ ਵਿੱਚ ਦੁਨੀਆ ਦੇ ਹੋਰ ਵੀ ਕਈ ਹੈਡ ਕੁਆਟਰ ਨੇ ਜਿਵੇਂ ਕਿ ਜਿਵੇਂ जिनेवा ਦੀ ਗੱਲ ਕਰਾਂ ਤਾਂ ਸਟੂਡੈਂਟ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਇਸ ਦਾ ਹੈਡ ਕੁਆਟਰ ਵੀ ਜਿਨੇਵਾ ਦੇ ਵਿੱਚ ਹੈ ठीक है ਇਸ ਤੋਂ ਇਲਾਵਾ ਜੇ ਗੱਲ ਕਰੀਏ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਠੀਕ ਹੈ ਇਸ ਦਾ ਹੈਡਕੁਆਟਰ ਵੀ ਜਨੇਵਾ ਦੇ ਵਿੱਚ ਹੈ ਠੀਕ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਠੀਕ ਹੈ ਇਸ ਤੋਂ ਇਲਾਵਾ ਵਰਲਡ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਠੀਕ ਹੈ ਮੈਟਰੋਲੋਜੀਕਲ ਮੈਟਰੋਲੋਜੀਕਲ ਦਾ ਮਤਲਬ ਹੈ ਜੋ ਮੌਸਮ ਸੰਬੰਧੀ ਹੈ ਜੋ ਜਾਣਕਾਰੀ ਦਿੰਦੀ ਹੈ ਜੀ ਠੀਕ ਹੈ ਹਾਂ ਜੀ ਸਟੂਡੈਂਟਸ ਇਸ ਤੋਂ ਇਲਾਵਾ ਵਰਲਡ ਹੈਲਥ ਆਰਗੇਨਾਈਜੇਸ਼ਨ ਠੀਕ ਹੈ ਤਾਂ ਇਸ ਤਰ੍ਹਾਂ ਬਹੁਤ ਸਾਰੇ ਜੋ ਹੈਡਕੁਆਟਰ ਨੇ ਉਹ ਜਨੇਵਾ ਦੇ ਵਿੱਚ ਹੈ ਅ ਲੋਕੇਟਡ ਨੇ ਠੀਕ ਹੈ ਐਂਡ ਦੁਨੀਆ ਦੇ ਬਹੁਤ ਸਾਰੇ ਹੈਡਕ quarters ਨੇ ਜੋ ਸਵਿਟਜ਼ਰਲੈਂਡ ਦੇ ਵਿੱਚ ਨੇ ਜਨੇਵਾ ਦੇ ਵਿੱਚ ਲਿਊਸਾਨ ਹੈ ਇੱਕ ਉਥੋਂ ਦਾ ਸ਼ਹਿਰ ਉੱਥੇ ਵੀ ਕਾਫੀ ਨੇ ਤਾਂ ਸਟੂਡੈਂਟਸ ਸਵਿਟਜ਼ਰਲੈਂਡ ਹੈ ਆਪਣੇ ਜੋ ਹੈ ਵਰਲਡ ਜੋ ਹੈ ਹੈਡਕ quarters ਲਈ ਜਾਣਿਆ ਜਾਂਦਾ ਹੈ ਠੀਕ ਹੈ ਤਾਂ ਆਪਾਂ ਜੋ ਗੱਲ ਕਰ ਰਹੇ ਸੀ ਠੀਕ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਨਵੇਂ ਹੈਡਕ ਜੋ ਇਸ ਦੇ ਡਾਇਰੈਕਟਰ ਜਨਰਲ ਨੇ ਨਕੋਜੀ ਅਕੋਂਜੋ ਐਂਡ ਕਿਸ ਕੰਟਰੀ ਤੋਂ ਸਬੰਧਤ ਨੇ ਨਾਈਜੀਰੀਆ ਤੋਂ ਸਬੰਧਤ ਨੇ ਠੀਕ ਹੈ ਤਾਂ ਆਪਾਂ ਅਗਲੇ ਪ੍ਰਸ਼ਨ ਦੀ ਤਰਫ ਚੱਲਦੇ ਹਾਂ ਸਟੂਡੈਂਟਸ ਅਗਲਾ ਜੋ ਪ੍ਰਸ਼ਨ ਹੈ ਅ ਅਜੇ ਮਾਥੁਰ ਹੈਜ਼ ਬਿਕਮ ਨੇਮਡ ਐਸ ਦਾ ਨਿਊ ਡਾਇਰੈਕਟਰ ਜਨਰਲ ਆਫ ਵਿਚ ਆਰਗੇਨਾਈਜੇਸ਼ਨ ਠੀਕ ਹੈ ਤਾਂ ਇਹ ਜੋ ਅਜੇ ਮਾਥੁਰ ਜੀ ਨੇ ਇਹਨਾਂ ਵਿੱਚੋਂ ਕਿਹੜੀ ਆਰਗੇਨਾਈਜੇਸ਼ਨ ਦੇ ਨਵੇਂ ਡਾਇਰੈਕਟਰ ਜਨਰਲ ਬਣੇ ਨੇ ਸਟੂਡੈਂਟ ਠੀਕ ਹੈ ਤਾਂ ਬਿਮਸਟੈਕ ਹੈ ਜੀ 20 ਹੈ ਇਪਸਾ ਡਾਇਲੋਗ ਹੈ ਇੰਟਰਨੈਸ਼ਨਲ ਸੋਲਰ એનર્ਜੀ ਸੁਸਾਇਟੀ ਹੈ ਜਾਂ ਇੰਟਰਨੈਸ਼ਨਲ ਸੋਲਰ ਅਲਾਈਅንስ ਹੈ ਠੀਕ ਹੈ ਤਾਂ ਸਟੂਡੈਂਟਸ ਇੱਕ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ ਹੋ ਸਕਦਾ ਹੈ ਕਾਫੀ ਬੱਚਿਆਂ ਨੂੰ ਅੱਗੇ ਤੋਂ ਵੈਸੇ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਪੰਜਾਬੀ ਦੇ ਵਿੱਚ ਵੀ ਲੈ ਕੇ ਆ ਸਕੀਏ ਕਿਉਂਕਿ ਹੋ ਸਕਦਾ ਹੈ ਪਿੰਡਾਂ ਵਿੱਚ ਜਿਨ੍ਹਾਂ ਨੂੰ ਇੰਗਲਿਸ਼ ਪੜਨ ਦੇ ਵਿੱਚ ਪ੍ਰੋਬਲਮ ਆਉਂਦੀ ਹੋਵੇ ਹਾਲਾਂਕਿ ਸਾਰਾ ਕੁਝ ਮੈਂ ਪੰਜਾਬੀ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਐ ਐਂਡ ਕਾਫੀ ਹੱਦ ਤੱਕ ਮੈਂ ਸਮਝਾ ਪੋਨਾ ਲੇਕਿਨ ਥੋੜਾ ਯੂ نو ਮੈਂ ਕੋਸ਼ਿਸ਼ ਕਰਦਾ ਥੋੜੀ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਠੀਕ ਐ ਮੈਂ ਦੇਖਦਾ ਐ ਕਿ ਯੂ نو ਆਪਣੇ ਜੋ ਲੋਕ ਨੇ ਮਿਹਨਤੀ ਬਹੁਤ ਹੁੰਦੇ ਨੇ ਲੇਕਿਨ ਯੂ نو ਥੋੜਾ ਜਿਹਾ ਆਪਣੇ ਆਪ ਨੂੰ ਬਦਲਾਵ ਕਰਨ ਦੇ ਵਿੱਚ ਥੋੜਾ ਘਬਰਉਂਦੇ ਆ ਤਾਂ ਥੋੜਾ ਜਿਹਾ ਬਦਲਾਵ ਦਾ ਮਤਲਬ ਇੱਥੇ ਇਹੀ ਹੈ ਕਿ ਕੋਸ਼ਿਸ਼ ਕਰਿਆ ਕਰੋ ਕਿ ਇੰਗਲਿਸ਼ ਪੜਨਾ ਕੋਈ ਬੁਰੀ ਗੱਲ ਨਹੀਂ ਐ ਠੀਕ ਐ ਉਸ ਨੂੰ ਵੀ ਸਿੱਖਣਾ ਪਏਗਾ ਅਸੀਂ ਯੂ نو ਦੁਨੀ मोडे न मोडा मिलाके चलना है पंजाबी भी, भी जरूरी है इंग्लिश भी जरूरी है ये जरूर कराया करो नाल ना जी ठीक है तो स्टूडेंट्स अगला जो ये प्रश्न है ठीक है काफ़ी बच्चों ने सही आंसर दता है डॉक्टर अजय माथुर जी नवे डायरैक्टर जनरल है कितों के बने ने वो बने ने पंवे ऑप्शनज है इंटरनेशनल सोलर अलायंस के एंड इट हैज़ बिन नेमड एज न्यू डायरैक्टर जनरल ऑफ आई एस ए फॉलोविंग हज इलैक्शन एट इज़ फर्स्ट स्पैशल असैबली ऑफ आई एस ए that was held virtually on feb 15 ਠੀਕ ਹੈ ਤਾਂ 15 ਫਰਵਰੀ ਨੂੰ ਜਦੋਂ ਇੰਟਰਨੈਸ਼ਨਲ ਸੋਲਰ ਅਲਾਈਅንስ ਦੀ ਇੱਕ ਵਰਚੁਅਲ ਮੀਟਿੰਗ ਹੋਈ ਹੈ ਵਰਚੁਅਲ ਦਾ ਮਤਲਬ ਹੈ ਸਟੂਡੈਂਟਸ ਡਿਜੀਟਲ ਜਿਵੇਂ ਹੁਣ ਤੁਸੀਂ ਇਹ ਜੋ ਕਲਾਸ ਦੇਖ ਰਹੇ ਹੋ ਇਹ ਵੀ ਤੁਸੀਂ ਵਰਚੁਅਲ ਕਲਾਸ ਦੇਖ ਰਹੇ ਹੋ ਠੀਕ ਹੈ ਤਾਂ ਵਰਚੁਅਲ ਇੱਕ ਸਮਿਟ ਹੋਈ ਸੀ ਐਂਡ ਉਹ ਹੈ ਜਿਵੇਂ ਆਪਾਂ ਗੱਲ ਕੀਤੀ ਸੀ ਲਾਸਟ ਕੁਐਸਚਨ ਦੇ ਵਿੱਚ ਵੀ ਠੀਕ ਹੈ ਕਿ ਜਿਵੇਂ ਇਹ ਜੋ ਆਪਣੇ ਜਿਵੇਂ ਆਪਾਂ ਗੱਲ ਕੀਤੀ ਸੀ ਲਾਸਟ ਕੁਐਸਚਨ ਵਿੱਚ ਨਕੋ ਜੀ ਕੌਨ ਜੋ ਹੈ ਕਿੰਨਾਂ ਨੂੰ ਸਕਸੀਡ ਕਰੇਗੀ ਰੋਬਰਟ ਐਸ ਵੈਡੋ ਨੂੰ ਸਕਸੀਡ ਕਰੇਗੀ ਉਸੇ ਤਰ੍ਹਾਂ ਜੋ ਡਾਕਟਰ ਅਜੇ ਮਾਥੁਰ ਨੇ ਉਹ ਵੀ ਉਪੇਂਦਰ ਤਿਰਪਾਠੀ ਨੂੰ ਹੈ ਸਕਸੀਡ ਕਰਨਗੇ ਠੀਕ ਹੈ ਜੋ ਆਲਰੇਡੀ ਇੱਥੇ 2015 ਤੋਂ ਕੰਮ ਕਰ ਰਹੇ ਨੇ ਠੀਕ ਹੈ ਤਾਂ ਸਟੂਡੈਂਟਸ ਬੀਇੰਗ ਨੇਮਡ ਐਸ ਦਾ ਡਾਇਰੈਕਟਰ ਜਨਰਲ ਆਫ ਆਈਐਸਏ ਡਾਕਟਰ ਅਜੇ ਮਾਥੁਰ ਵਾਸ ਸਰਵਿੰਗ ਐਸ ਅ ਡਾਇਰੈਕਟਰ ਜਨਰਲ ਆਫ એનર્ਜੀ ਐਂਡ ਰਿਸੋਰਸ એનਰਜੈਂਟ ਰਿਸੋਰਸ ਇੰਸਟੀਚਿਊਟ ਹਾਂਜੀ ਤਾਂ ਇਸ ਤੋਂ ਪਹਿਲਾਂ ਹੈ ਡਾਕਟਰ ਅਜੇ ਮਾਥੁਰ ਹੈ ਕਿ ਟੈਰੀ ਨਾਮ ਦਾ ਜੋ ਇੰਸਟੀਚਿਊਟ ਹੈ ਗਵਰਨਮ ਉਹਦੇ ਦੇ ਵਿੱਚ ਹੈ ਆਲਰੇਡੀ ਹੈ ਡਾਇਰੈਕਟਰ ਜਨਰਲ ਦੇ ਪੱਧ ਤੇ ਕੰਮ ਕਰ ਰਹੇ ਸੀ ਠੀਕ ਹੈ ਤਾਂ ਸਟੂਡੈਂਟ ਇੱਥੇ ਇੱਕ ਕੁਐਸਚਨ ਵੀ ਪੁੱਛਣਾ ਚਾਹਾਂਗਾ ਤੁਹਾਨੂੰ ਤੇ ਕੁਝ ਦੱਸਣਾ ਵੀ ਚਾਹਾਂਗਾ ਕਿ ਇੰਟਰਨੈਸ਼ਨਲ ਸੋਲਰ ਅਲਾਈਅንስ ਦੀ ਜਦੋਂ ਮੈਂ ਗੱਲ ਕਰਦਾ ਇਸ ਦਾ ਹੈੱਡਕੁਆਰਟਰ ਕਿੱਥੇ ਹੈ ਇਹ ਤੋਂ ਤੁਹਾਡੇ ਲਈ ਪ੍ਰਸ਼ਨ ਹੈ ਬੱਚਿਓ ਤੇ ਦੂਜੀ ਚੀਜ਼ ਕਿ ਸਟੂਡੈਂਟ ਇਹ ਜੋ ਮੈਂ ਸਾਰੇ ਕੁਐਸਚਨਸ ਕਰਵਾ ਰਿਹਾ ਡੇਲੀ ਬੇਸਿਸ ਦੇ ਉੱਪਰ ਆਪਾਂ ਹੁਣ ਆਪਾਂ ਕਰੰਟ ਅਫੇਅਰ ਕਰਿਆ ਕਰਾਂਗੇ ਠੀਕ ਹੈ ਤਾਂ ਸਟੂਡੈਂਟਸ ਇਹਨਾਂ ਨੂੰ ਇਹਨਾਂ ਦੀ ਤੁਸੀਂ ਯੂ نو ਹਾਰਡ ਕਾਪੀ ਵੀ ਚਾਹੋਗੇ ਆਈ ਮੀਨ ਟੂ ਸੇ ਕਿ ਇਹ ਤੁਸੀਂ ਕਿਤਨਾ ਕਿਤੇ ਪੀਡੀਐਫ ਦੀ ਫਾਰਮ ਦੇ ਵਿੱਚ ਚਾਹੁੰਦੇ ਹੋ ਠੀਕ ਹੈ ਤਾਂ ਸਾਡਾ ਜੋ ਸਕਸੈਸ ਟਰੀ ਟੈਲੀਗ੍ਰam ਚੈਨਲ ਹੈ ਸਕਸੈਸ ਟਰੀ ਪੰਜਾਬ ਉਹਦੇ ਨਾਲ ਤੁਸੀਂ ਜੁੜ ਸਕਦੇ ਹੋ ਐਂਡ ਆਫਟਰ ਦਾ ਕਲਾਸ ਮੈਂ 5 ਮਿੰਟ ਦੇ ਅੰਦਰ ਅੰਦਰ ਹੈ ਜੋ ਹੈ ਇਸ ਦੀ ਪੀਡੀਐਫ ਹੈ ਉਸ ਦੇ ਵਿੱਚ ਹੈ ਸ਼ੇਅਰ ਵੀ ਕਰ ਦਾਂਗਾ ਤਾਂ ਤੁਸੀਂ ਜੋ ਜੇ ਨਹੀਂ ਜੁੜੇ ਤਾਂ ਸਕਸੈਸ ਟਰੀ ਪੰਜਾਬ ਨਾਲ ਤੁਸੀਂ ਜੁੜ ਸਕਦੇ ਹੋ ਐਂਡ ਡੇਲੀ ਬੇਸਿਸ ਦੇ ਉੱਪਰ ਹੁਣ ਆਪਣੀਆਂ ਇਸ ਤਰ੍ਹਾਂ ਦੀਆਂ ਕਲਾਸਾਂ ਚੱਲਣ ਗਿਆ ਜੀ ਠੀਕ ਹੈ ਤਾਂ ਬੱਚਾ ਨੇ ਬਿਲਕੁਲ ਸਹੀ ਆਨਸਰ ਦਿੱਤਾ ਜੀ ਪ੍ਰੀਤੀ ਜੀ ਠੀਕ ਹੈ ਅਲੀਸ਼ਾ ਐਂਡ ਅਲੀਸ਼ਾ ਨੇ ਦੱਸਿਆ ਹੈ ਜੀ ਗੁਰੂਗ੍ਰਾਮ ਹੈ ਗੁਰੂਗ੍ਰਾਮ ਹਰਿਆਣਾ ਦੇ ਵਿੱਚ ਇਸ ਦਾ ਜੋ ਹੈ ਜੋ ਹੈ ਹੈੱਡਕੁਆਟਰ ਹੈ ਠੀਕ ਹੈ ਦੈਨ ਕੁਐਸਚਨ ਨੰਬਰ 5 ਜੀਨ ਮਾਈਕਲ ਸੇਮਾ ਲੁਕਾਂਡੋ ਕਾਏਗੇ ਬਿਕਮ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਠੀਕ ਹੈ ਨਾਮ ਹੀ ਥੋੜਾ ਖਤਰਨਾਕ ਜਾ ਹੈ ਬੜਾ ਕਾਫੀ ਵੱਡਾ ਹੈ ਸਟੂਡੈਂਟਸ ਮੈਂ ਰਿਪੀਟ ਕਰ ਦੇ ਜੀਨ ਮਾਈਕਲ ਸੇਮਾ ਲੁਕਾਂਡੋ ਕਾਏਗੇ ਇਹ ਇਹਨਾਂ ਦੇ ਵਿੱਚੋਂ ਕਿਸ ਕੰਟਰੀ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਠੀਕ ਹੈ ਤਾਂ ਸਟੂਡੈਂਟਸ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਹੈ ਇਲੈਕਸ਼ਨ ਹੁੰਦਾ ਰਹਿੰਦਾ ਹੈ ਕਿਤੇ ਪ੍ਰੈਜ਼ੀਡੈਂਟ ਦਾ ਕਿਤੇ ਪ੍ਰਾਈਮ ਮਿਨਿਸਟਰ ਦਾ ਠੀਕ ਹੈ ਤਾਂ ਨਿਊਲੀ ਅਪੋਇੰਟਮੈਂਟਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਖੀਰ ਦੇ ਜੋ ਲਾਸਟ ਦੇ ਜੋ 6 ਮਹੀਨੇ ਹੈ ਐਟ ਲੀਸਟ ਉਥੋਂ ਦੀਆਂ ਜੋ 6 ਮਹੀਨੇ ਦੀ ਜੋ ਕਰੰਟ ਅਫੇਅਰ ਹੈ ਉਹ ਸਾਨੂੰ ਜ਼ਰੂਰ ਪਤਾ ਹੋਵੇ ਜੀ ਠੀਕ ਹੈ ਤਾਂ ਇਸ ਦਾ ਜੋ ਸਹੀ ਆਨਸਰ ਇਟ ਇਜ਼ ਕਾਂਗੋ ਠੀਕ ਹੈ ਤਾਂ ਕਾਂਗੋ ਦੇ ਵਿੱਚ ਇਲੈਕਸ਼ਨ ਹੋਇਆ ਸੀ ਰੀਸੈਂਟਲੀ ਠੀਕ ਹੈ ਤੇ ਕਾਂਗੋ ਦੇ ਇਹ ਜੋ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਜੇਨ ਮਾਈਕਲ ਤੁਸੀਂ ਸਾਰਾ ਯਾਦ ਕਰਨੀ ਬਚਾਈ ਜੀਨ ਮਾਈਕਲ ਹੀ ਯਾਦ ਰੱਖ ਲਓ ਸਟੂਡੈਂਟਸ ਠੀਕ ਹੈ ਐਂਡ ਇਥੋਂ ਜੇ ਆਪਾਂ ਗੱਲ ਕਰੀਏ ਫੈਲਿਕਸ ਪ੍ਰੈਜ਼ੀਡੈਂਟ ਆਫ ਕਾਂਗੋ ਨੇਮਡ ਜੀਨ ਸੇਮਾ ਲੁਕੋਂਡੋ ਕਾਂਗੇ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਕੰਟਰੀ ਹੀ ਬਿਲੋਂਗਸ ਟੂ ਫਿਊਚਰ ਆਫ ਕਾਂਗੋ ਪੋਲਿਟੀਕਲ ਪਾਰਟੀ ਇਹਨਾਂ ਦੀ ਜੋ ਪਾਰਟੀ ਹੈ ਠੀਕ ਹੈ ਕਿੰਨਾ ਦੀ ਪਾਰਟੀ ਜੀਨ ਮਾਈਕਲ ਦੀ ਪਾਰਟੀ ਦਾ ਨਾਮ ਹੈ ਫਿਊਚਰ ਆਫ ਕਾਂਗੋ ਪੋਲਿਟੀਕਲ ਪਾਰਟੀ ਐਂਡ ਹੀ ਸੱਕੀਡ ਸਲਾਵਾਸਟਰਾ ਇਲੂੰਗਾ ਹੂ ਰਿਜ਼ਾਈਨਡ ਓਨ ਜੈਨ 28 ਆਫਟਰ ਅ ਨਾਨ ਕੰਫੀਡੈਂਸ ਵੋਟ ਇਨ ਦਾ ਪਾਰਲੀਮ ਜੋ ਹੈ ਸਕਸੀਡ ਕਿਨੂੰ ਕੀਤਾ ਇਸ ਸਲੇਬਸਟਰੇ ਇਲੋਂਗਾ ਨੂੰ ਕੀਤਾ ਜੋ ਕਿ ਉੱਥੇ ਨੋ ਕੰਫੀਡੈਂਸ ਵੋਟ ਤੇ ਹਾਰ ਕਰਕੇ ਠੀਕ ਹੈ ਉਹਨਾਂ ਨੂੰ ਆਪਣਾ ਜੋ ਪਦ ਹੈ ਛੱਡਣਾ ਪਿਆ ਤਾਂ ਕਾਂਗੋ ਦੇ ਜੋ ਨਵੇਂ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਨਾਮ ਹੈ ਜੇਨ ਮਾਈਕਲ ਠੀਕ ਹੈ ਤਾਂ ਸਟੂਡੈਂਟ ਇੱਥੇ ਨੋ ਕੰਫੀਡੈਂਸ ਮੋਸ਼ਨ ਦੀ ਗੱਲ ਹੋਈ ਹੈ ਠੀਕ ਹੈ ਤਾਂ ਨੋ ਕੰਫੀਡੈਂਸ ਮੋਸ਼ਨ ਬਾਰੇ ਮੈਂ ਥੋੜਾ ਜਿਹਾ ਦੱਸਦਾ ਭਾਰਤ ਦੇ ਸੰਦਰਭ ਵਿੱਚ ਸਾਡੇ ਜੋ ਸੰਵਿਧਾਨ ਦੇ ਸੰਦਰਭ ਦੇ ਵਿੱਚ ਤੇ ਸਾਡੇ ਸੰਵਿਧਾਨ ਦੇ ਵਿੱਚ ਵੀ ਇਸ ਦੀ ਜੋ ਹੈ ਗੱਲ ਕੀਤੀ ਹੈ ਨੋ ਕੰਫੀਡੈਂਸ ਮੋਸ਼ਨ ਕਿ ਜਦੋਂ ਆਪੋਜੀਸ਼ਨ ਹੈ ਜੋ ਠੀਕ ਹੈ ਜੋ ਵਿਪੱਖ ਹੈ ਠੀਕ ਹੈ ਦਾ ਜੋ ਵਿਪਕਸ਼ੀਆਂ ਜੋ ਪਾਰਟੀਆਂ ਨੇ ਜੇ ਉਹਨਾਂ ਨੂੰ ਇਹ ਫੀਲ ਹੋ ਰਿਹਾ ਹੋਵੇ ਇਹ ਪਤਾ ਲੱਗ ਰਿਹਾ ਹੋਵੇ ਕਿ ਜੋ ਜੋ ਸੱਤਾਧਾਰੀ ਸਰਕਾਰ ਹੈ ਠੀਕ ਹੈ ਜੋ ਗਵਰਨਮੈਂਟ ਦੇ ਵਿੱਚ ਨੇ ਉਹਨਾਂ ਕੋਲ ਠੀਕ ਹੈ ਮੈਜੋਰਟੀ ਨੰਬਰ ਨਹੀਂ ਹੈ ਠੀਕ ਹੈ ਮੈਜੋਰਟੀ ਦਾ ਮਤਲਬ ਹੁੰਦਾ ਸਟੂਡੈਂਟਸ ਇੱਥੇ 50% ਹੁੰਦਾ ਠੀਕ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਜੋ ਲੋਕ ਸਭਾ ਹੈ ਲੋਕ ਸਭਾ ਦੇ ਵਿੱਚ 552 ਸੀਟਾਂ ਨੇ ਟੋਟਲ ਠੀਕ ਹੈ ਲੇਕਿਨ ਸਾਡੇ ਇੱਥੇ ਜੋ ਲੋਕ ਸਭਾ ਦਾ ਇਲੈਕਸ਼ਨ ਹੈ ਉਹ ਸਿਰਫ 543 ਸੀਟਸ ਦੇ ਉੱਪਰ ਹੁੰਦਾ ਠੀਕ ਹੈ ਇਲੈਕਸ਼ਨ 543 ਸੀਟਸ ਦੇ ਉੱਪਰ ਹੁੰਦਾ ਤਾਂ ਇਹਦਾ ਜੋ ਹਾਫ ਕਿੰਨਾ ਹੋਇਆ ਇਹਦਾ ਹਾਫ ਹੋਇਆ ਸਟੂਡੈਂਟਸ 272 ਤਾਂ ਸਾਨੂੰ 272 ਸੀਟਾਂ ਚਾਹੀਦੀਆਂ ਹੁੰਦੀਆਂ ਨੇ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਤਾਂ 272 ਸੀਟਾਂ ਜਿਵੇਂ ਫਿਲਹਾਲ ਜੋ ਭਾਜਪਾ ਹੈ ਤਾਂ ਭਾਜਪਾ ਕੋਲ ਆਈ I think 303 ਸੀਟਾਂ ਨੇ ਠੀਕ ਹੈ ਉਹਨਾਂ ਨੇ ਜੋ ਜਿੱਤੀਆਂ ਹੋਈਆਂ ਨੇ ਤਾਂ ਜਿਵੇਂ ਮੈਂ ਇੱਕ ਪ੍ਰੈਜ਼ੈਂਟ ਐਗਜ਼ਾਮਪਲ ਦੇ ਰਿਹਾ ਇਹ ਹੋ ਸਕਦਾ ਹੈ ਕਿ ਜੋ اپوزیشن ਪਾਰਟੀਆਂ ਨੂੰ ਇਹ ਸੰਕੇਤ ਮਿਲਣ ਕਿ ਜੋ ਬੀਜਪੀ ਹੈ ਬੀਜਪੀ ਦੇ ਜੋ ਸੰਸਦ ਨੇ ਉਹਨਾਂ ਦੇ ਜੋ ਲੋਕ ਸਭਾ ਦੇ ਮੈਂਬਰ ਨੇ ਉਹ ਵੀ ਬੀਜਪੀ ਦੇ ਨਾਲ ਨੇ ਨਹੀਂ ਨੇ ਫਿਲਹਾਲ ਠੀਕ ਹੈ ਸਪੋਜ਼ ਕਰੋ ਕਿਸਾਨੀ ਮੁੱਦੇ ਤੇ ਉਹ ਬੀਜਪੀ ਤੋਂ ਬਗਾਵਤ ਕਰਨਾ ਚਾਹੁੰਦੇ ਨੇ ਤਾਂ ਜੇ ਵਿਪੱਖਸ਼ ਹੈ ਨੋ ਕੰਫੀਡੈਂਸ ਮੋਸ਼ਨ ਠੀਕ ਹੈ ਨੋ ਕੰਫੀਡੈਂਸ ਮੋਸ਼ਨ ਲੈ ਆਵੇ ਐਂਡ ਉੱਥੇ ਵੋਟਾਂ ਪੈਣ ਐਂਡ ਉੱਥੇ ਵੋਟਾਂ ਦੇ ਵਿੱਚ ਬੀਜਪੀ ਆਪਣਾ 272 ਜੋ ਵੋਟਾਂ ਨੇ ਠੀਕ ਹੈ ਨਾ ਲੈ ਕੇ ਆ ਸਕੇ ਤਾ ਬੀਜਪੀ ਦੀ ਜੋ ਗਵਰਨਮੈਂਟ ਹੈ ਗਿਰ ਜਾਏਗੀ ਠੀਕ ਹੈ ਤਾਂ ਆਈ ਹੋਪ ਸੋ ਤੁਸੀਂ ਸਮਝ ਗਏ ਹੋਵੋਗੇ ਹਾਂਜੀ ਇਹਦਾ ਮਤਲਬ ਹੈ ਕਿ ਤੁਹਾਨੂੰ ਜ਼ਰੂਰੀ ਹੁੰਦਾ ਹੈ ਕਿ ਤੁਹਾਨੂੰ ਨੋ ਕੰਫੀਡੈਂਸ ਮੋਸ਼ਨ ਤੋਂ ਬਾਅਦ ਹੈ ਠੀਕ ਹੈ ਆਪਣਾ ਜੋ ਬੌਮਤ ਹੈ ਲੋਕ ਸਭਾ ਦੇ ਵਿੱਚ ਜੋ 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 ਲੋਕ ਸਭਾ ਦੇ ਵਿੱਚ ਸ਼ੋਅ ਆਫ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ ਠੀਕ ਹੈ ਲੇਕਿਨ ਜੋ ਇਹ ਜੋ ਨੋ ਕੰਫੀਡੈਂਸ ਮੋਸ਼ਨ ਹੈ ਇਸ ਨੂੰ ਲੈ ਕੇ ਆਉਣ ਦੀ ਜੋ ਦਾ ਜੋ ਕੰਮ ਹੈ ਉਹ ਹਮੇਸ਼ਾ ਹਮੇਸ਼ਾ ਵਿਪਖਸ਼ ਦੀਆਂ ਪਾਰਟੀਆਂ ਹੀ ਕਰਦੀਆਂ ਨੇ ਐਂਡ ਮੈਕਸਿਮਮ ਟਾਈਮ ਨੇ कि ਜੇ ਵਿਪੱਖਸ਼ ਇਸ ਨੂੰ ਲੈ ਕੇ ਆਉਂਦਾ ਐਡ ਉਸ ਦੇ ਵਿੱਚ ਉਹ ਹਾਰ ਜਾਵੇ ਤਾਂ ਉਹਨਾਂ ਨੂੰ ਵੀ ਆਪਣੀ ਇਮੇਜ ਦਾ ਖਤਰਾ ਹੈ ਕਿ ਯੂ نو ਉਹ ਵਿਪੱਖਸ਼ ਲੈ ਕੇ ਆਇਆ ਐਂਡ ਉਸ ਤੋਂ ਬਾਅਦ ਵੀ ਜੋ ਹੈ ਮੈਜੋਰਿਟੀ ਗਵਰਨਮੈਂਟ ਹੈ ਜੋ ਸੱਤਾਧਾਰੀ ਪਾਰਟੀ ਦੇ ਨਾਲ ਹੈ ਤਾਂ ਇਸ ਨੂੰ ਜ਼ਰੂਰ ਹੈ ਤੁਸੀਂ ਧਿਆਨ ਰੱਖਣਾ ਐਸ ਤੋਂ ਅਗਲਾ ਜੋ ਪ੍ਰਸ਼ਨ ਹੈ ਸਟੂਡੈਂਟਸ ਇਸ ਤੋਂ ਅਗਲਾ ਪ੍ਰਸ਼ਨ ਹੈ ਆਪਣਾ 6ਵਾਂ ਫਾਰਮਰ ਇੰਡੀਅਨ ਕ੍ਰਿਕਟਰ ਨਮਨ 오ਝਾ ਠੀਕ ਹੈ ਰਿਟਾਇਰਸ ਫਰਮ 올 ਫਾਰਮਸ ਆਫ ਕ੍ਰਿਕਟ ਹੀ ਬਲੋਂਗਸ ਟੂ ਵਿਚ ਸਟੇਟ ਤਾਂ ਰੀਸੈਂਟਲੀ ਨੰਨੇ ਨਮਨ 오ਝਾ ਨੇ ਸ਼ਾਇਦ ਜੇ ਤੁਹਾਡੇ ਵਿੱਚੋਂ ਕੋਈ ਕ੍ਰਿਕਟ ਪ੍ਰੇਮੀ ਹੈ ਤਾਂ ਦੇਖਿਆ ਹੋਵੇਗਾ ਕਿ ਉਸ ਨੇ ਜੋ ਰਿਟਾਇਰਮੈਂਟ ਲਈ ਹੈ ਨਮਨ ਓਝਾ ਨੇ ਐਂਡ ਇੱਥੋਂ ਹੈ ਕਿ ਉਹ ਕਿਸ ਸਟੇਟ ਤੋਂ ਹੈ ਬਿਲੋਂਗ ਕਰਦਾ ਠੀਕ ਹੈ ਜੀ ਹਾਂਜੀ ਕੁਝ ਬੱਚੇ ਨੇ ਹਾਂਜੀ ਗੱਲ ਕਰ ਰਹੇ ਨੇ ਜੀ ਆਪਸ ਦੇ ਵਿੱਚ ਠੀਕ ਹੈ ਤਾਂ ਹੈਲੋ ਫਰੈਂਡਸ ਆਮ ਨਿਊ ਹਾਂਜੀ ਅਲੀਸ਼ਾ ਪ੍ਰੀਤੀ ਜਗਦੀਪ ਹਾਂਜੀ ਸਾਰੇ ਸਾਰੇ ਆਨਸਰਸ ਦੇਣ ਐਂਡ ਲਵਿਸ਼ ਹੈ ਤਾਂ ਬੱਚੋ ਇਹ ਕਿਹੜੇ ਸਟੇਟ ਤੋਂ ਬਿਲੋਂਗ ਕਰਦੇ ਨੇ ਹੀ ਬਿਲੋਂਗਸ ਟੂ ਮੱਧਿਆ ਪ੍ਰਦੇਸ਼ ਠੀਕ ਹੈ ਤਾਂ 37 ਇਅਰ 올ਡ ਫਰਮ ਐਮਪੀ ਅਨਾਉਂਸਡ ਹਿਸ ਰਿਟਾਇਰਮੈਂਟ ਫਰਮ 올 ਫਾਰਮਸ ਆਫ ਕ੍ਰਿਕਟ ਹੀ ਹੈਜ਼ ਆਲਸੋ ਰਿਪਰੈਜ਼ੈਂਟ ਇੰਡੀਆ ਇਨ 3올 ਫਾਰਮਸ ਕ੍ਰਿਕਟ ਠੀਕ ਹੈ ਐਂਡ ਭਾਰਤ ਦੀ ਤਰਫੋਂ ਤਿੰਨੇ ਜੋ ਫਾਰਮੈਟ ਨੇ ਸਟੂਡੈਂਟਸ ODI ਹੈ ਟੈਸਟ ਹੈ ਜਾਂ T20 ਹੈ ਤਿੰਨਾ ਦੇ ਵਿੱਚੋਂ ਹੀ ਉਹ ਹੈ ਖੇਡ ਚੁੱਕੇ ਸੀ ਐਂਡ ਜੋ ਯੂ نو ਫਰਸਟ ਟਾਸਟ క్రికెਟ ਹੁੰਦਾ ਜਿਵੇਂ ਆਪਾਂ ਇੰਟਰ ਸਟੇਟ ਖੇਡਦੇ ਹਾਂ ਹੈਨਾ ਅਲੱਗ-ਅਲੱਗ ਟਰੋਫੀਜ਼ ਨੇ ਜਿਵੇਂ ਇੱਥੇ ਦੱਸਿਆ ਹੋਇਆ ਹੈ ਕਿ ਰਣਜੀ ਟਰਾਫੀ ਵੀ ਉਹਨਾਂ ਨੇ ਖੇਡੀ ਹੈ ਐਂਡ ਐਜ਼ ਅ ਵਿਕਟ ਕੀਪਰ ਵੀ ਉਹਨਾਂ ਨੇ 300 ਜੋ ਹੈ 51 ਜੋ ਹੈ ਜੋ ਜੋ ਵਿਕਟਸ ਲਈਆਂ ਨੇ ਠੀਕ ਹੈ ਬਾਈ ਵਿਕਟ ਕੀਪਰ ਨਰਨਜੀ ਟਰਾਫੀ ਠੀਕ ਹੈ ਸੋ ਸਟੂਡੈਂਟਸ ਨਮਨ 오ਝਾ ਠੀਕ ਹੈ ਲੈਫਟ ਹੈਂਡ ਬੋਲਰ ਸੀ ਜੇ ਤੁਸੀਂ ਦੇਖਿਆ ਹੋਵੇ ਉਹਨਾਂ ਨੂੰ ਤਾਂ ਉਹਨਾਂ ਨੇ ਰਿਟਾਇਰਮੈਂਟ ਦੀ ਅਨਾਉਂਸਮੈਂਟ ਕੀਤੀ ਹੋਈ ਹੈ ਫਿਲਹਾਲ ਸਟੂਡੈਂਟਸ ਇੱਕ ਦੋ ਚੀਜ਼ਾਂ ਹੋਰ ਇੱਥੇ ਮੈਂ ਸ਼ੇਅਰ ਕਰਨਾ ਠੀਕ ਹੈ ਕ੍ਰਿਕਟ ਨਾਲ ਗੱਲ ਕਰਨੇ ਤਾਂ ਆਸਟ੍ਰੇਲੀਆ ਦੇ ਵਿੱਚ ਫਿਲਹਾਲ ਇੰਡੀਆ ਆਸਟ੍ਰੇਲੀਆ ਦੀ ਜੋ ਸੀਰੀਜ਼ ਹੋਈ ਸੀ ਠੀਕ ਹੈ ਜਿਸ ਨੂੰ ਚਾਰ ਟੈਸਟ ਮੈਚਸ ਦੀ ਸੀਰੀਜ਼ ਨੇ ਭਾਰਤ ਨੇ 2-1 ਨਾਲ ਜਿੱਤ ਲਿਆ ਠੀਕ ਹੈ ਤਾਂ ਜਲਦੀ ਨਾਲ ਦੱਸੋ ਬੱਚਿਓ ਇਹ ਜੋ ਸੀਰੀਜ਼ ਹੋਈ ਸੀ ਆਸਟ੍ਰੇਲੀਆ ਦੇ ਵਿੱਚ ਇਸ ਦਾ ਨਾਮ ਕੀ ਸੀ ਠੀਕ ਹੈ ਵਟ ਵਾਸ ਦਾ ਨੇਮ ਆਫ ਦਾ ਟੈਸਟ ਸੀਰੀਜ਼ ਹੈਲਡ ਬੀਟਵੀਨ ਇੰਡੀਆ ਐਂਡ ਆਸਟ੍ਰੇਲੀਆ ਭਾਰਤ ਤੇ ਆਸਟ੍ਰੇਲੀਆ ਵਿੱਚ ਜੋ ਇਹ ਟੈਸਟ ਸੀਰੀਜ਼ ਹੋਈ ਸੀ ਉਸ ਦਾ ਨਾਮ ਕੀ ਸੀ ਠੀਕ ਹੈ ਜੀ ਹਾਂ ਜੀ ਤਾਂ ਉਹ ਇਹ ਜਲਦੀ ਨਾਲ ਦੱਸਣਾ ਹੈ ਐਂਡ ਦੂਸਰਾ ਸਟੂਡੈਂਟਸ ਫਿਲਹਾਲ ਤੁਹਾਨੂੰ ਪਤਾ ਹੈ ਕਿ ਇੰਡੀਆ ਐਂਡ ਇੰਗਲੈਂਡ ਦੇ ਵਿੱਚ ਵੀ ਚਾਰ ਟੈਸਟ ਮੈਚਾਂ ਦੀ ਜੋ ਸੀਰੀਜ਼ ਹੈ ਸ਼ੁਰੂ ਹੋ ਚੁੱਕੀ ਹੈ ਤੇ ਦੋ ਟੈਸਟ ਮੈਚ ਹੋ ਚੁੱਕੇ ਨੇ ਜਿਸ ਦੇ ਵਿੱਚੋਂ ਦੋਨੋਂ ਟੀਮਾਂ ਇੱਕ ਇੱਕ ਦੀ ਬਰਾਬਰੀ ਤੇ ਹਜੇ ਨਹੀਂ ਠੀਕ ਹੈ ਤਾਂ ਪਹਿਲਾ ਟੈਸਟ ਇੰਗਲੈਂਡ ਨੇ ਜਿੱਤਿਆ ਸੀ ਤਾਂ ਦੂਜਾ ਟੈਸਟ ਹੈ ਇੰਡੀਆ ਨੇ ਜਿੱਤ ਲਿਆ ਸੀ ਠੀਕ ਹੈ ਇਸ ਤੋਂ ਇਲਾਵਾ ਇੱਕ ਹੋਰ ਨਿਊਜ਼ ਦੇਣਾ ਇਹਦੇ ਬਾਰੇ 2023 ਦੇ ਵਿੱਚ ਹੈ ਜੋ ਕ੍ਰਿਕਟ ਦਾ ਵਰਲਡ ਕੱਪ ਹੋਣ ਵਾਲਾ ਹੈ ਠੀਕ ਹੈ ਐਂਡ ਇਹ 2023 ਦਾ ਵਰਲਡ ਕੱਪ ਸਟੂਡੈਂਟਸ ਕਿੱਥੇ ਹੋਏਗਾ ਭਾਰਤ ਦੇ ਵਿੱਚ ਹੋਏਗਾ ਇੰਡੀਆ ਦੇ ਵਿੱਚ ਹੋਏਗਾ ਇਹ 2023 ਦਾ ਠੀਕ ਹੈ ਤੇ 2023 ਦੇ ਵਿੱਚ ਸਿਰਫ ਕ੍ਰਿਕਟ ਹੀ ਨਹੀਂ ਸਟੂਡੈਂਟਸ ਹਾਕੀ ਦਾ ਜੋ ਵਰਲਡ ਕੱਪ ਹੈ ਉਹ ਵੀ ਭਾਰਤ ਦੇ ਵਿੱਚ ਹੈ ਹੋਣ ਵਾਲਾ ਹੈ ਜੀ ਠੀਕ ਹੈ ਜੀ ਤਾਂ ਲਖਵਿੰਦਰ ਸਿੰਘ ਨੇ ਆਨਸਰ ਦਿੱਤਾ ਜੀ ਪ੍ਰੀਤੀ ਨੇ ਵੀ ਸਹੀ ਆਨਸਰ ਦਿੱਤਾ 댓 ਇਜ਼ ਬਾਰਡਰ ਗਵਾਸਕਰ ਟਰੋਫੀ ਠੀਕ ਹੈ ਬਾਡਰ ਵਾਸ ਵਨ ਆਫ ਦਾ ਗ੍ਰੇਟੈਸਟ ਕ੍ਰਿਕਟਰ ਆਫ ਆਸਟ੍ਰੇਲੀਆ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰਸ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਅਗਵਾਈ ਹੇਟ 1987 ਦੇ ਵਿੱਚ 1987 ਦੇ ਵਿੱਚ ਹੈ ਆਸਟ੍ਰੇਲੀਆ ਨੇ ਵਰਲਡ ਕੱਪ ਜਿੱਤਿਆ ਸੀ ਐਂਡ ਜੋ ਗਵਾਸਕਰ ਹੈ ਇਟ ਇਜ਼ ਆਲਸੋ ਵਨ ਆਫ ਦਾ ਕ੍ਰਿਕਟਰ ਤੁਸੀਂ ਦੇਖਦੇ ਹੋਗੇ ਅੱਜਕੱਲ ਕਮੈਂਟਰੀ ਵਗੈਰਾ ਕਰਦੇ ਹੋਏ ਉਹਨਾਂ ਨੂੰ ਜੀ ਠੀਕ ਹੈ ਜੀ ਦਾ ਸਟੂਡੈਂਟਸ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਦੇ ਆਪਾਂ ਚੱਲਦੇ ਹਾਂ ਸੱਤਵਾਂ ਕੁਐਸਚਨ ਹੈ ਨੈਬ ਫਿਟ ਠੀਕ ਹੈ ਨੈਬ ਫਿਟ ਦਾ ਨਿਊ ਬੈਂਕ which is proposed to be set up is to finance ਟੂ ਫਾਈਨਾਂਸ ਸੈਕਟਰ ਤਾਂ ਰੀਸੈਂਟਲੀ ਜੋ ਗਵਰਨਮੈਂਟ ਆਫ ਇੰਡੀਆ ਨੇ ਇੱਕ ਨਵਾਂ ਬੈਂਕ ਖੋਲਣ ਦੀ ਹੈ ਉਹਨਾਂ ਨੇ ਜੋ ਘੋਸ਼ਣਾ ਕੀਤੀ ਹੈ ਸਟੂਡੈਂਟਸ ਉਸ ਦਾ ਨਾਮ ਰੱਖਿਆ ਨੈਵਫਿਡ ਤਾਂ ਇਹ ਜੋ ਬੈਂਕ ਹੈ ਪ੍ਰਪੋਜ਼ ਜੋ ਕੀਤਾ ਹੈ ਕਿਹੜੇ ਸੈਕਟਰ ਨੂੰ ਹੈ ਫਾਈਨਾਂਸ ਕਰੇਗਾ ਕਿਹੜੇ ਸੈਕਟਰ ਨੂੰ ਹੈ ਲੋਨ ਪ੍ਰੋਵਾਈਡ ਕਰੇਗਾ ਠੀਕ ਹੈ ਐਗਰੀਕਲਚਰ ਨੂੰ ਇਨਫਰਾਸਟ੍ਰਕਚਰ ਨੂੰ ਐਮ ਐਸ ਐਮ ای ਨੂੰ ਜਾਂ ਫਿਸ਼ਰੀ ਨੂੰ ਠੀਕ ਹੈ ਤਾਂ ਐਮ ਐਸ ਐਮ ای ਦਾ ਮਤਲਬ ਹੁੰਦਾ ਹੈ ਮਾਈਕਰੋ স্মਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਠੀਕ ਹੈ ਲਘੂ ਉਦਯੋਗ ਬੋਲਦੇ ਨੇ ਜਿਨ੍ਹਾਂ ਨੂੰ ਸਟੂਡੈਂਟਸ ਠੀਕ ਹੈ ਤਾਂ ਇਹਦੇ ਵਿੱਚੋਂ ਇਹ ਜੋ ਬੈਂਕ ਹੈ ਸਟੂਡੈਂਟਸ ਇਹ ਜੋ ਪ੍ਰਪੋਜ਼ ਕੀਤਾ ਹੈ ਠੀਕ ਹੈ ਇਹ ਕੀਤਾ ਹੈ ਇਨਫਰਾਸਟ੍ਰਕਚਰ ਨੂੰ ਦੂਜਾ ਇਹਦਾ ਆਪਸ਼ਨ ਹੈ ਇਹਦਾ ਫੁੱਲ ਫਾਰਮ ਹੈ ਨੈਸ਼ਨਲ ਬੈਂਕ ਫੋਰ ਫਾਈਨਾਂਸਿੰਗ ਇਨਫਰਾਸਟ੍ਰਕਚਰ ਐਂਡ ਡਵੈਲਪਮੈਂਟ ਜੇ ਤੁਹਾਨੂੰ ਇਸਦਾ ਫੁੱਲ ਫਾਰਮ ਪਤਾ ਹੈ ਤਾਂ ਤੁਸੀਂ इजीली ਦੱਸ ਸਕਦੇ ਹੋ ਕਿ ਕਿਹੜੇ ਸੈਕਟਰ ਨੂੰ ਹੈ ਫਾਈਨਾਂਸ ਕਰੇਗਾ ਨੈਸ਼ਨਲ ਬੈਂਕ ਫੋਰ ਫਾਈਨਾਂਸਿੰਗ ਠੀਕ ਹੈ ਐਫ ਫੋਰ ਫਾਈਨਾਂਸਿੰਗ ਇਨਫਰਾਸਟ੍ਰਕਚਰ ਐਂਡ ਡਵੈਲਪਮੈਂਟ ਦਾ 2021 ਇਟ ਇਸ ਟੂ ਬੀ ਇੰਟਰੋਡਿਊਸਡ ਇਨ ਦਾ ਬਜਟ ਸੈਸ਼ਨ ਤਾਂ ਬਜਟ ਸੈਸ਼ਨ ਦੇ ਵਿੱਚ ਹੈ ਇਸ ਨੂੰ ਫਾਈਨਾਂਸ ਮਿਨਿਸਟਰ ਨੇ ਇੰਟਰੋਡਿਊਸ ਕੀਤਾ ਹੈ ਗਵਰਨਮੈਂਟ ਇਜ਼ ਸੈਟ ਟੂ ਬੀ ਅ ਨੈਸ਼ਨਲ ਬੈਂਕ ਫॉर ਫਾਈਨਾਂਸਿੰਗ ਇਨਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਵਿਚ ਵਿਲ ਫੈਸਿਲਿਟੇਟ ਦਾ ਇਨਫਰਾਸਟ੍ਰਕਚਰ ਫਾਈਨਾਂਸਿੰਗ ਆਫ ਦਾ ਕੰਟਰੀ ਇਨਫਰਾਸਟ੍ਰਕਚਰ ਇਟ ਵਿਲ ਐਕਟ ਐਜ਼ ਅ ਪ੍ਰਿੰਸੀਪਲ ਫਾਈਨੈਂਸ਼ੀਅਲ ਇੰਸਟੀਟਿਊਟ ਐਂਡ ਡਿਵੈਲਪਮੈਂਟ ਬੈਂਕ ਟੂ ਸਪੋਰਟ ਇਨਫਰਾਸਟ੍ਰਕਚਰ ਪ੍ਰੋਜੈਕਟ ਠੀਕ ਹੈ ਸਟੂਡੈਂਟਸ ਇਹ ਇੱਕ ਡਿਵੈਲਪਮੈਂਟ ਬੈਂਕ ਦੇ ਤੌਰ ਤੇ ਕੰਮ ਕਰੇਗਾ ਇਹਦਾ ਮਤਲਬ ਹੁੰਦਾ ਸਟੂਡੈਂਟਸ ਡ ਕਿਸੇ ਇੱਕ ਖੇਤਰ ਲਈ ਹੀ ਕੰਮ ਕਰਦੇ ਨੇ ਠੀਕ ਹੈ ਕਿਸੇ ਵੀ ਇੱਕ ਖੇਤਰ ਲਈ ਜਿਵੇਂ ਕਿ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਨਾਮ ਨਵਾਰਡ ਦਾ ਹੈ ਨਾ ਨਵਾਰਡ ਦਾ ਜ਼ਰੂਰ ਸੁਣਿਆ ਹੋਵੇਗਾ ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਠੀਕ ਹੈ ਤਾਂ ਇਹ ਜੋ ਹੈ ਰੂਰਲ ਡਿਵੈਲਪਮੈਂਟ ਤਾਂ ਨਾਮ ਤੋਂ ਹੀ ਕਲੀਅਰ ਹੈ ਕਿ ਜੋ ਪਿੰਡਾਂ ਲਈ ਜਾਂ ਰੂਰਲ ਡਿਵੈਲਪਮੈਂਟ ਲਈ ਹੈ ਜੋ ਕੰਮ ਕਰਦਾ ਤਾਂ ਜੋ ਕਿਸੇ ਇੱਕ ਖੇਤਰ ਲਈ ਕੰਮ ਕਰਦਾ ਹੋਵੇ ਉਸ ਨੂੰ ਅਸੀਂ ਕੀ ਬੋਲਦੇ ਹਾਂ ਡਿਵੈਲਪਮੈਂਟ ਬੱਚਿਓ ਤੁਸੀਂ ਕੋਈ ਹੋਰ ਆਪਸ਼ਨ ਦੇ ਸਕਦੇ ਹੋ ਡਿਵੈਲਪਮੈਂਟ ਬੈਂਕ ਦਾ ਠੀਕ ਹੈ ਕੋਈ ਹੋਰ ਆਪਸ਼ਨ ਜੇ ਦੇ ਸਕਦੇ ਹੋ ਤਾਂ ਇਸ ਤੋਂ ਅੱਗੇ ਮੈਂ ਦੱਸਦਾ ਕਿ ਇਹ ਜੋ ਨੈਬ ਫਿਡ ਬੈਂਕ ਹੈ ਠੀਕ ਹੈ ਜਿੱਦੀ ਅਸੀਂ ਗੱਲ ਕਰ ਰਹੇ ਆ ਤਾਂ ਇਹ ਯੂ ਨੋ ਡਾਇਰੈਕਟ ਲੋਨ ਨਹੀਂ ਦੇਗਾ ਅੱਗੇ ਜੋ ਵੀ ਇਨਫਰਾਸਟ੍ਰਕਚਰ ਨਾਲ ਜੁੜੇ ਬੈਂਕ ਨੇ ਠੀਕ ਹੈ ਉਹਨਾਂ ਨੂੰ ਅੱਗੇ ਇਹ ਰੈਗੂਲੇਟਰ ਦੇ ਤੌਰ ਤੇ ਕੰਮ ਕਰੇਗਾ ਤੇ ਉਹਨਾਂ ਨੂੰ ਇਹ ਲੋਨ ਪ੍ਰੋਵਾਈਡ ਕਰੇਗਾ ਠੀਕ ਹੈ ਤਾਂ ਹਾਂ ਜੀ ਬੱਚੋ ਡਿਵੈਲਪਮੈਂਟ ਬੈਂਕ ਦਾ ਕੋਈ ਹੋਰ ਐਗਜ਼ਾਮਪਲ ਅਨੁਰਾਗ ਜੀ ਜੋ ਏਡੀਬੀ ਹੈ ਨਾ ਇਹ ਇੱਕ ਇੰਟਰਨੈਸ਼ਨਲ ਬੈਂਕ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਹਾਂ ਜੀ ਸਹੀ ਹੈ ਸਭ ਦਾ ਬਿਲਕੁਲ ਤਾਂ ਇਹ ਆਪਾਂ ਜੋ ਗੱਲ ਕਰ ਰਹੇ ਆਂ ਇੰਡੀਆ ਦੀ ਗੱਲ ਕਰ ਰਹੇ ਹੈ ਨਾ ਜਿਵੇਂ ਮੈਂ ਐਗਜ਼ਾਮਪਲ ਦੇ ਦੇਣਾ ਐਕਸਪੋਰਟ ਇੰਪੋਰਟ ਬੈਂਕ ਆਫ ਇੰਡੀਆ ਐਕਜ਼ਿਮ ਬੋਲਦੇ ਨੇ ਜਿਹਨੂੰ ਆਪਾਂ ਐਕਸਪੋਰਟ ਇੰਪੋਰਟ ਬੈਂਕ ਆਫ ਇੰਡੀਆ ਇਸ ਤੋਂ ਇਲਾਵਾ ਸਮਾਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਸਿਡਬੀ ਤਾਂ ਇਹ ਸਾਰੇ ਦੇ ਸਾਰੇ ਆਪਣੇ ਕੀ ਨੇ ਆਪਣੇ ਡਿਵੈਲਪਮੈਂਟ ਬੈਂਕ ਨੇ ਠੀਕ ਹੈ ਸਿਡਬੀ ਹੈ ਠੀਕ ਹੈ ਐਕਜ਼ਿਮ ਹੈ ਨਬਾਰਡ ਹੈ ਸਾਰੇ ਸਾਰੇ ਡਿਵੈਲਪਮੈਂਟ ਬੈਂਕਸ ਨੇ ਫਿਰ ਇਸ ਤੋਂ ਬਾਅਦ ਸਟੂਡੈਂਟਸ ਅਗਲਾ ਜੋ ਪ੍ਰਸ਼ਨ ਹੈ ਵਿਚ ਕੰਟਰੀ ਹੈਜ਼ ਦਾ ਹਾਈएस्ट ਸ਼ੇਅਰ ਇਨ ਗਲੋਬਲ ਬਾਸਮਤੀ ਰਾਈ ਇਨਾਂ ਦੇ ਵਿੱਚੋਂ ਕਿਹੜਾ ਕੰਟਰੀ ਹੈ ਜਿਸ ਦਾ ਦੁਨੀਆ ਦੇ ਵਿੱਚ ਬਾਸਮਤੀ ਰਾਈਸ ਦਾ ਜੋ ਵਪਾਰ ਹੈ ਸਭ ਤੋਂ ਜ਼ਿਆਦਾ ਹੈ ਹਾਇਏ ਸ਼ੇਅਰ ਹੈ ਬਾਸਮਤੀ ਰਾਈਸ ਦਾ ਠੀਕ ਹੈ ਚਾਈਨਾ ਹੈ ਇੰਡੀਆ ਹੈ ਪਾਕਿਸਤਾਨ ਹੈ ਨੇਪਾਲ ਹੈ ਸਟੂਡੈਂਟਸ ਠੀਕ ਹੈ ਤਾਂ ਇਨਾਂ ਦੇ ਵਿੱਚੋਂ ਜਲਦੀ ਨਾਲ ਦੱਸੋ ਸਟੂਡੈਂਟਸ ਕਿ ਕਿਸ ਦਾ ਹੈ ਐਂਡ ਇਨਾਂ ਦੇ ਵਿੱਚੋਂ ਭਾਰਤ ਹੈ ਭਾਰਤ ਦਾ ਜੋ ਸਭ ਤੋਂ ਵੱਡਾ ਸ਼ੇਅਰ ਹੈ ਸਟੂਡੈਂਟਸ ਭਾਰਤ ਨੇ ਪਿਛਲੇ ਸਾਲ ਦੀ ਗੱਲ ਕਰੀਏ ਜੇ ਲਗਭਗ 4.45 ਮਿਲੀਅਨ ਠੀਕ ਹੈ ਲਗਭਗ ਹੈ 45 मिलियन टन ਤੋਂ ਵੀ ਜ਼ਿਆਦਾ ਜੋ ਬਾਸਮਤੀ ਰਾਈਸ ਹੈ ਉਸ ਨੂੰ ਐਕਸਪੋਰਟ ਕੀਤਾ ਇਨ 2019-20 ਪਿਛਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਐਂਡ ਇਹ ਪੂਰੀ ਦੁਨੀਆ ਭਰ ਦੇ ਬਾਸਮਤੀ ਰਾਈਸ ਦਾ 65% ਹਿੱਸਾ ਹੈ ਜਿਸ ਨੂੰ ਅਸੀਂ ਐਕਸਪੋਰਟ ਕੀਤਾ ਹੈ ਠੀਕ ਹੈ ਇਟ ਰੀਸੀਵਡ ਅ ਜੀਓਗ੍ਰਾਫੀਕਲ ਇੰਡੀਕੇਸ਼ਨ ਰਜਿਸਟ੍ਰੇਸ਼ਨ ਵਿਦਨ ਦਾ ਪਾਕਿਸਤਾਨੀ ਬਾਸਮਤੀ ਰਾਈਸ ਹੈਜ਼ ਰੀਸੀਵਡ ਅ ਜੀਓਗ੍ਰਾਫੀਕਲ ਇੰਡੀਕੇਸ਼ਨ ਰਜਿਸਟ੍ਰੇਸ਼ਨ ਵਿਦਨ ਦਾ ਕੰਟਰੀ ਇੰਡੀਆ ਹੈਜ਼ ਅਪਲਾਈਡ ਟੂ ਯੂਰਪੀਅਨ ਯੂਨੀਅਨ ਫਾਰ ਦਾ ਜੀਆਈ ਟੈਗ ਫਾਰ ਇਟਸ ਬਾਸਮਤੀ ਰਾਈਸ ਇਨ ਸਪਟੰਬਰ ਬੋਥ ਕੰਟਰੀਜ਼ ਆਰ ਸਪੋਰਟ ਜੀਆਈ ਟੈਗ ਫਾਰਮੈਟ ਹਾਂਜੀ ਤਾਂ ਪਾਕਿਸਤਾਨ ਦੇਖੋ ਇੱਥੇ ਇੱਕ ਵਰਡ ਆਇਆ ਸਟੂਡੈਂਟਸ ਜੋਗ੍ਰਾਫੀਕਲ ਇੰਡੀਕੇਟਰ ਠੀਕ ਹੈ ਇਹਦੇ ਬਾਰੇ ਮੈਂ ਥੋੜਾ ਦੱਸਦਾ ਤੁਹਾਨੂੰ ਹਾਂਜੀ ਜੋਗ੍ਰਾਫੀਕਲ ਜੋ ਇੰਡੀਕੇਟਰ ਹੈ 11 ਕਰ ਦੋ ਕਲਾਸ ਤੁਸੀਂ ਹਾਂਜੀ ਸਰ ਤੇ 5 ਮਿੰਟ ਹੈ ਹਾਂਜੀ ਤੇ ਤਾਂ ਜੋਗ੍ਰਾਫੀਕਲ ਇੰਡੀਕੇਟਰ ਹੈ ਤਾਂ ਜੋਗ੍ਰਾਫੀਕਲ ਇੰਡੀਕੇਟਰ ਦਾ ਮਤਲਬ ਹੈ ਕਿ ਜਦੋਂ ਕਿਸੇ ਵੀ ਪ੍ਰੋਡਕਟ ਹੈ ਚਾਹੇ ਉਹ ਖਾਣ ਵਾਲਾ ਹੋਵੇ ਚਾਹੇ ਉਹ ਪਾਉਣ ਵਾਲਾ ਹੋਵੇ ਠੀਕ ਹੈ ਉਸ ਨੂੰ ਤੁਸੀਂ ਸਪੈਸ਼ਲਾਈਜ਼ ਕਰ ਦਿਓ ਜੀ ਸਟੂਡੈਂਟ ਹਾਂਜੀ ਇੱਕ ਮਿੰਟ ਸਟੂਡੈਂਟਸ ਮੈਂ ਇੱਕ दा दा ब्रेक लिया हाँ जी स्टूडेंट्स त जोग्राफिकल इंडीकेटर का मतलब होंगे है कि जोग्राफिकल इंडीकेटर इतने मतलब होंगे कि जो कोई भी खाने वाली या पाव वाली पीण वाली चीज है ਕੋਈ ਕਿਸੇ ਥਾਂ ਦੀ ਸਪੈਸ਼ਲਾਈਜ਼ਡ ਹੋ ਜੇ ਤੇ ਉਸ ਨੂੰ ਉਸ ਦਾ ਮਾਰਕਾ ਮਿਲ ਜੇ ਠੀਕ ਹੈ ਜਿਵੇਂ ਕਿ ਸਟੂਡੈਂਟ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੈ ਦੁਨੀਆ ਦੇ ਵਿੱਚ ਤੁਹਾਨੂੰ ਇਹ ਕਿਤੇ ਵੀ ਮਿਲ ਜੇਗਾ ਖਾਣ ਨੂੰ ਹੈ ਨਾ ਕੇਰਲਾ ਵੀ ਮਿਲ ਜੇਗਾ ਤੁਹਾਨੂੰ ਇੰਗਲੈਂਡ ਦੇ ਵਿੱਚ ਵੀ ਮਿਲ ਜੇਗਾ ਲੇਕਿਨ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਜੋ ਦਾ ਜੋ ਨਾਮ ਹੈ ਉਹ ਕਿਹੜੇ ਸਟੇਟ ਨਾਲ ਹੈ ਕਿਹੜੇ ਏਰੀਆ ਨਾਲ ਜੁੜਿਆ ਪੂਰੀ ਦੁਨੀਆ ਦੇ ਵਿੱਚ ਹੈ ਨਾ ਤੁਸੀਂ ਦੱਸ ਸਕਦੇ ਹੋ इजीली ਤਾਂ ਤੁਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਾਂਜੀ ਜਲਦੀ ਨਾਲ ਦੱਸਿਓ ਬੱਚੋ ਲਾਸਟ ਡੇ ਆਫ ਰਜਿਸਟ੍ਰੇਸ਼ਨ ਅ ਕਰੋਂ ਤੱਕ ਐਗਜ਼ਾਮ ਦੀ ਹਾਂਜੀ ਉਹਦੀ ਬਾਰੇ ਮੈਂ ਲਾਸਟ ਦੇ ਵਿੱਚ ਦੱਸਾਂਗਾ ਤੁਹਾਨੂੰ ਆਪਾਂ ਸਿਰਫ ਗੱਲ ਕਰਦੇ ਇਥੇ ਮੇਰੀ ਕਰੰਟ ਅਫੀਅਰਸ ਦੀ ਲਾਸਟ ਦੇ ਵਿੱਚ ਜਾਂਦੇ ਜਾਂਦੇ ਮੈਂ ਦੱਸ ਜਾऊंगा ਸਟੂਡੈਂਟਸ ਤਾਂ ਪੰਜਾਬ ਨਾਲ ਜੁੜਿਆ ਹੈ ਨਾ ਜਿਵੇਂ ਅਸੀਂ ਗੱਲ ਕਰਦੇ ਹਾਂ ਤਿਰੂਪਤੀ ਦੇ ਵਿੱਚ ਮੰਦਿਰ ਹੈ ਆਂਧਰਾ ਪ੍ਰਦੇਸ਼ ਤਿਰੂਪਤੀ ਦੇ ਲੱਡੂ ਹੈ ਠੀਕ ਹੈ ਬੜੇ ਮਸ਼ਹੂਰ ਨੇ ਠੀਕ ਹੈ ਕੇਰਲਾ ਦੇ ਮਸਾਲਿਆਂ ਦੀ ਗੱਲ ਕਰਦੇ ਹਾਂ ਅਸੀਂ ਠੀਕ ਹੈ ਅਸੀਂ ਇੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਸਟੇਟ ਹੈ ਕਾਂਗੜਾ ਉਹਦੀ ਚਾਹ ਦੀ ਗੱਲ ਕਰਦੇ ਆ ਤਾਂ ਇਹ ਸਾਰੇ ਜੀਓਗ੍ਰਾਫੀਕਲ ਇੰਡੀਕੇਟਰ ਨੇ ਜੋ ਕਿਸੇ ਸਪੈਸੀਫਿਕ ਥਾਂ ਦੇ ਬੜੇ ਮਸ਼ਹੂਰ ਹੁੰਦੇ ਨੇ ਮੈਨੋਂ ਕਿਤੇ ਵੀ ਸਕਦੇ ਨੇ ਤਾਂ ਪਾਕਿਸਤਾਨ ਨੇ ਵੀ ਹੈ ਜੋ ਮੈਂ ਇੱਥੇ ਗੱਲ ਕਰ ਰਿਹਾ ਅਸੀਂ ਪਾਕਿਸਤਾਨ ਨੇ ਆਪਦੇ ਆਪ ਨੂੰ ਜੋ ਹੈ ਉਸ ਦੇ ਲਈ ਰਜਿਸਟ੍ਰੇਸ਼ਨ ਕਰਾਇਆ ਹੈ ਆਪਣਾ ਜੋ ਬਾਸਮਤੀ ਰਾਈਸ ਹੈ ਭਾਰਤੀ ਚਾਹੁੰਦਾ ਹੈ ਕਿ ਸਾਡਾ ਜੋ ਹੈ ਜੀਓਗ੍ਰਾਫੀਕਲ ਇੰਡੀਕੇਟਰ ਬਣੇ ਰਾਈਸ ਇੱਕ ਐਂਡ ਦੋਨੋਂ ਹੀ ਦੇਸ਼ ਹੈ ਯੂਰਪੀਅਨ ਯੂਨੀਅਨ ਨੂੰ ਮਤਲਬ ਯੂਰਪ ਦੇ ਵਿੱਚ ਹੈ ਯੂਰਪੀਅਨ ਯੂਨੀਅਨ ਦੇ ਜੋ 27 28 ਕੰਟਰੀਜ਼ ਨੇ ਉਹਨਾਂ ਨੂੰ ਇਹ ਐਕਸਪੋਰਟ ਕਰਦੇ ਨੇ ਐਂਡ ਵਿਦਾਊਟ ਐਨੀ ਜੀਆਈ ਟੈਗ ਕਰਦੇ ਨੇ ਐਕਸਪੋਰਟ ਠੀਕ ਹੈ ਸਟੂਡੈਂਟ ਅਗਲਾ ਪ੍ਰਸ਼ਨ ਹੈ ਇੰਡੀਆ ਜਸਟਿਸ ਰਿਪੋਰਟ ਠੀਕ ਹੈ ਇੰਡੀਆ ਜਸਟਿਸ ਰਿਪੋਰਟ ਹੈ ਵਿਚ ਸਟੇਟ ਹੈਜ਼ এমਪਲੋਇਡ ਮੋਸਟ ਊਮਨ ਇਨ ਇਟਸ ਪੁਲਿਸ ਫੋਰਸ ਠੀਕ ਹੈ ਸਟੂਡੈਂਟਸ ਇਹ ਰੀਸੈਂਟਲੀ ਭਾਰਤ ਗਵਰਨਮੈਂਟ ਨੇ ਇੰਡੀਆ ਜਸਟਿਸ ਰਿਪੋਰਟ ਹੈ ਜੋ ਰਿਲੀਜ਼ ਕੀਤੀ ਹੈ ਠੀਕ ਹੈ ਇਹਨਾਂ ਦੇ ਵਿੱਚੋਂ ਇਸ ਰਿਪੋਰਟ ਦੇ ਵਿੱਚ ਦੱਸੋ ਤੁਸੀਂ ਕਿ ਜੋ ਰਿਪੋਰਟ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਸਭ ਤੋਂ ਵੱਧ ਜੋ ਮਹਿਲਾਵਾਂ ਨੇ ਉਹ ਕਿਹੜੇ ਸਟੇਟ ਦੇ ਵਿੱਚ ਕੰਮ ਕਰਦੀਆਂ ਨੇ ਪੁਲਿਸ ਫੋਰਸ ਦੇ ਵਿੱਚ ਠੀਕ ਹੈ ਪੁਲਿਸ ਫੋਰਸ ਦੇ ਵਿੱਚ ਸਭ ਤੋਂ ਜੋ ਮਹਿਲਾਵਾਂ ਨੇ ਕਿਹੜੇ ਸਟੇਟ ਦੇ ਵਿੱਚ ਕੰਮ ਕਰਦੀਆਂ ਨੇ ਕੇਰਲਾ ਹੈ ਬਿਹਾਰ ਹੈ ਵੈਸਟ ਬੰਗਾਲ ਹੈ ਤੇ ਕਰਨਾਟਕਾ ਹੈ ਜੀ ਠੀਕ ਹੈ ਹਾਂ ਜੀ ਸਟੂਡੈਂਟਸ ਇਸ ਦਾ ਜੋ ਸਹੀ ਆਨਸਰ ਹੈ ਦੈਟ ਇਜ਼ ਬਿਹਾਰ ਬਿਹਾਰ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਜੋ ਮਹਿਲਾਵਾਂ ਨੇ ਉਹ ਜੋ ਹੈ ਪੁਲਿਸ ਫੋਰਸ ਦੇ ਵਿੱਚ ਹੈ ਕੰਮ ਕਰਦੀਆਂ ਨੇ ਬਿਹਾਰ ਹੈਜ਼ এমਪਲੋਇਡ ਮੋਸਟ ਊਮਨ ਇਨ ਇਟਸ ਪੁਲਿਸ ਫੋਰਸ ਐਟ ਏ 25% ਲਗਭਗ 25% ਜੋ ਮਹਿਲਾਵਾਂ ਨੇ ਉਥੇ ਕੰਮ ਕਰਦੀਆਂ ਨੇ ਤਮਿਲਨਾਡੂ ਹੈਜ਼ ਹਾਈएस्ट ਪਰਸੈਂਟੇਜ ਆਫ ਊਮਨ ਪੁਲਿਸ ਆਫੀਸਰਸ ਐਂਡ ਕਰਨਾਟਕ ਇਸ ਦਾ ਓਨਲੀ ਸਟੇਟ ਟੂ ਮੀਟ ਐਸਸੀ ਐਸਟੀ ਐਂਡ ਓਬੀਸੀ ਕੋਟਾ ਠੀਕ ਹੈ ਤਾਂ ਤਮਿਲਨਾਡੂ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਮਹਿਲਾਵਾਂ ਨੇ ਜੋ ਆਫਸਰ ਨੇ ਪੁਲਿਸ ਫੋਰਸ ਦੇ ਵਿੱਚ ਹਾਲਾਂਕਿ ਮਹਿਲਾਵਾਂ ਦੀ ਜੋ ਓਵਰਆਲ ਗਿਣਤੀ ਕਰੀਏ ਤਾਂ ਆਨਸਰ ਬਿਹਾਰ ਹੈ ਲੇਕਿਨ ਆਫਸਰ ਮਹਿਲਾਵਾਂ ਨੇ ਲੇਕਿਨ ਜੋ ਕਿਸੇ ਆਫਸਰ ਦੇ ਦੇ ਪਦ ਤੇ ਬੈਠੇ ਨੇ ਉਹ ਤਮਿਲਨਾਡੂ ਦੇ ਵਿੱਚ ਨੇ ਐਂਡ ਕਰਨਾਟਕ ਇਸ ਤਰ੍ਹਾਂ ਦਾ ਸਟੇਟ ਹੈ ਜਿੱਥੇ ਐਸਸੀ ਤੇ ਐਸਟੀ ਤੇ ਓਬੀ ਜੋ ਕਾਸਟ ਹੈ ਉਹਨਾਂ ਨੂੰ ਰਿਜ਼ਰਵੇਸ਼ਨ ਵੀ ਮਿਲਦਾ ਹੈ ਪੁਲਿਸ ਫੋਰਸ ਦੇ ਵਿੱਚ ਠੀਕ ਹੈ ਲੇਕਿਨ ਓਵਰঅল ਜੋ ਸਭ ਤੋਂ ਜ਼ਿਆਦਾ ਮਹਿਲਾਵਾਨੀ ਸਟੂਡੈਂਟਸ ਉਹ ਬਿਹਾਰ ਦੇ ਵਿੱਚ ਨੇ ਐਂਡ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਜੋ 11 ਅਕਤੂਬਰ ਸੀ ਪਿਛਲੇ ਸਾਲ ਜੋ ਅਸੀਂ ਇੰਟਰਨੈਸ਼ਨਲ ਗਰਲ ਚਾਈਲਡ ਦੇ ਰੂਪ ਦੇ ਵਿੱਚ ਸੈਲੀਬ੍ਰੇਟ ਕਰਦੇ ਆ ਤਾਂ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੀਆਂ ਨੌਕਰੀਆਂ ਦੇ ਵਿੱਚ ਹੈ 33% ਦਾ ਜੋ ਕੋਟਾ ਹੈ ਰੱਖ ਦਿੱਤਾ ਹੈ 33% ਦਾ ਕੋਟਾ ਰੱਖਿਆ ਹੋਇਆ ਹੈ ਐਂਡ ਇਹ ਜੋ ਕੋਟਾ ਹੈ ਹਰ ਇੱਕ ਤਰ੍ਹਾਂ ਦੀ ਜੋ ਗਵਰਨਮੈਂਟ ਜੌਬ ਚਾਹੇ ਉਹ ਪੀਸੀਐਸ ਦੇ ਵਿੱਚ ਹੋਵੇ ਠੀਕ ਹੈ ਚਾਹੇ ਉਹ ਸਾਡੇ ਪਟਵਾਰੀ ਦੇ ਵਿੱਚ ਹੋਵੇ ਚਾਹੇ ਉਹ ਤਹਿਸੀਲਦਾਰ ਦੇ ਵਿੱਚ ਹੋਵੇ ਚਾਹੇ ਉਹ ਪੁਲਿਸ ਦੇ ਵਿੱਚ ਹੋਵੇ ਠੀਕ ਹੈ ਤਾਂ ਇੱਥੇ ਬੱਚੋ ਮੈਂ ਦੱਸਣਾ ਚਾਹਾਂਗਾ ਲੱਕੀ ਗੇਮਿੰਗ ਹੋਰ ਯਾਰ ਜਨਰਲ ਕਰਕੇ ਮਿਲਦੀ ਨਹੀਂ ਹਾਂਜੀ ਤਾਂ ਇੱਥੇ ਮੈਂ ਦੱਸਣਾ ਚਾਹਾਂਗਾ ਸਟੂਡੈਂਟ ਕਿ ਪੰਜਾਬ ਪੁਲਿਸ ਦੀਆਂ ਜੋ ਭਰਤੀ ਹੈ ਬੜੀ ਜਲਦੀ ਆ ਰਹੀ ਹੈ ਹੋ ਸਕਦਾ ਹੈ ਕਿ ਇੱਕ ਦੋ ਦਿਨ ਦੇ ਵਿੱਚ ਇਸ ਦੀ ਘੋਸ਼ਣਾ ਕਰ ਦੇਵੇ ਪੰਜਾਬ ਗਵਰਨਮੈਂਟ ਤਾਂ ਪੰਜਾਬ ਪੁਲਿਸ ਲਈ ਵੀ ਜੋ ਬੱਚੇ ਇੰਟਰਸਟਿਡ ਨੇ ਠੀਕ ਹੈ ਉਹ ਆਪਣੀ ਤਿਆਰੀ ਥੋੜੀ ਹਾਰਡ ਕਰ ਦੇਣ ਠੀਕ ਹੈ ਤਾਂ ਜੋ ਬੱਚੇ ਪੰਜਾਬ ਪੁਲਿਸ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਜੋ ਲੜਕੀਆਂ ਜਾਣਾ ਚਾਹੁੰਦੀਆਂ ਨੇ ਬਹੁਤ ਜਲਦੀ ਹੈ ਇਸ ਦੀ ਵੀ ਜੋ ਭਰਤੀ ਹੈ ਆਉਣ ਵਾਲੀ ਹੈ ਜੀ ਠੀਕ ਹੈ ਹਾਂਜੀ ਤਾਂ ਫਿਰ ਉਸ ਤੋਂ ਬਾਅਦ ਅਖੀਰਲਾ ਜੋ ਪ੍ਰਸ਼ਨ ਹੈ ਬੱਚਿਓ ਲਾਸਟ ਜੋ ਕੁਐਸਚਨ ਹੈ ਨਿਊ ਵੈਲ ਨੋਨ ਰਿਵਰ ਹੁਗਲੀ ਲੋਕੇਟਡ ਵੇਅਰ ਇਜ਼ ਦਾ ਵੈਲ ਨੋਨ ਰਿਵਰ ਹੁਗਲੀ ਲੋਕੇਟਡ ਹੁਗਲੀ ਇਹ ਜੋ ਰਿਵਰ ਹੈ ਇਹਨਾਂ ਦੇ ਵਿੱਚੋਂ ਹੈ ਕਿਹੜੇ ਸਟੇਟ ਦੇ ਵਿੱਚ ਹੈ ਲੋਕੇਟਡ ਹੈ ਸੌਖਾ ਪ੍ਰਸ਼ਨ ਹੈ ਝਾਰਖੰਡ ਬਿਹਾਰ ਉੜੀਸਾ ਵੈਸਟ ਬੰਗਲ ਅਸਾਮ ਠੀਕ ਹੈ ਇਹ ਉਹੀ ਸਟੇਟ ਹੈ ਜਿਸ ਦੇ ਵਿੱਚ ਇਸ ਸਾਲ ਹੈ ਇਲੈਕਸ਼ਨ ਹੋਣ ਵਾਲਾ ਇਹ ਉਹੀ ਸਟੇਟ ਹੈ ਜਿੱਥੋਂ ਸੁਭਾਸ਼ ਚੰਦਰ ਬੋਸ ਬਿਲੋਂਗ ਕਰਦੇ ਨੇ ਇਹ ਉਹੀ ਸਟੇਟ ਹੈ ਜਿੱਥੇ ਰੀਸੈਂਟਲੀ ਉੱਥੋਂ ਦੀ ਕੈਪੀਟਲ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਾ ਕੇ ਸੁਭਾਸ਼ ਚੰਦਰ ਬੋਸ ਦਾ ਜੋ ਬਰਥਡੇ ਹੈ ਠੀਕ ਹੈ 23 ਜਨਵਰੀ ਨੂੰ ਸੈਲੀਬ੍ਰੇਟ ਕੀਤਾ ਸੀ ਐਜ਼ ਏ ਪਰਾਕਰਮ ਦਿਵਸ ਠੀਕ ਹੈ ਕਿਉਂਕਿ ਸੁਭਾਸ਼ ਚੰਦਰ ਬੋਸ ਇਸੇ ਸਟੇਟ ਤੋਂ ਬਿਲੋਂਗ ਕਰਦੇ ਸੀ ਠੀਕ ਹੈ 23 ਜਨਵਰੀ ਨੂੰ ਉਹਨਾਂ ਦਾ ਜਨਮ ਦਿਵਸ ਪਰਾਕਰਮ ਦਿਵਸ ਦੇ ਰੂਪ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਠੀਕ ਹੈ ਐਂਡ ਇਹ ਜੋ ਸਟੇਟ ਹੈ ਬੱਚਿਆਂ ਨੇ ਸਹੀ ਆਨਸਰ ਦੇ ਦਿੱਤਾ ਜੀ ਵੈਸਟ ਬੰਗਾਲ ਹੈ ਠੀਕ ਹੈ ਤਾਂ ਵੈਸਟ ਬੰਗਾਲ ਦੇ ਵਿੱਚ ਹੈ ਹੁਗਲੀ ਰਿਵਰ ਹੈ ਠੀਕ ਹੈ ਔਰ ਦੇ ਨੂੰ ਭਾਗੀਰੀਥੀ ਹੁਗਲੀ ਵੀ ਬੋਲਦੇ ਨੇ ਐ ਲੋਕਲ ਟੰਗਸ ਦੇ ਵਿੱਚ ਠੀਕ ਹੈ ਤਾਂ 260 ਕਿਲੋਮੀਟਰ ਲੰਬਾ ਇਹ ਜੋ ਰਿਵਰ ਹੈ ਠੀਕ ਹੈ ਇੱਕ ਗੰਗਾ ਰਿਵਰ ਦੀ ਇੱਕ ਡਿਸਟ੍ਰਿਬਿਊਟਰੀ ਹੈ ਸਟੂਡੈਂਟਸ ਠੀਕ ਹੈ ਤਾਂ ਸਟੂਡੈਂਟਸ ਇਹ ਜੋ ਆਪਣੇ 10 ਪ੍ਰਚਨ ਸੀ ਇਕੇ ਤੇ ਇਹ ਜੋ 10 ਪ੍ਰਸ਼ਨ ਨੇ கரنٹ ਅਫੇਅਰਸ ਹੀ ਆਪਣੇ ਇਸੇ ਤਰ੍ਹਾਂ ਜੋ ਹੈ ਅਪਹਰ ਰੋਜ਼ ਹੈ ਜੋ ਹੈ கரنٹ ਅਫੇਅਰ ਲੈ ਕੇ ਆਵਾਂਗੇ ਐਂਡ ਤੁਸੀਂ ਇਸੇ ਤਰ੍ਹਾਂ ਜੋ ਆਪਣਾ ਪਿਆਰ ਦਿੰਦੇ ਰਹੋ ਐਂਡ ਇਹ ਜੋ ਸੈਸ਼ਨ ਹੈ ਜ਼ਿਆਦਾ ਜ਼ਿਆਦਾ ਲਾਈਕ ਸ਼ੇਅਰ ਕਰ ਦਿਓ ਲਾਸਟ ਦਾ 1 ਮਿੰਟ ਹੈ ਜੇ ਕੋਈ ਸੁਜੈਸ਼ਨ ਦੇਣਾ ਚਾਹੋ ਜੇ ਕੋਈ ਤੁਸੀਂ ਜੁੜਨਾ ਚਾਹੋ ਆਪਣੀ ਗੱਲ ਕਰਨਾ ਚਾਹੋ ਕਿਉਂਕਿ ਬਹੁਤ ਸਾਰੇ ਬੱਚੇ ਨੇ ਕਿਉਂਕਿ ਸਵੇਰੇ 8:30 ਸੀ ਪਹਿਲਾਂ ਇਹ ਸੈਸ਼ਨ ਲੇਕਿਨ ਉਸ ਟਾਈਮੇ ਹੋ ਨਹੀਂ ਸਕਿਆ ਕਿਸੇ ਰੀਜ਼ਨਸ ਕਰਕੇ ਲੇਕਿਨ ਸਵੇਰੇ ਦਾ ਇੱਕ ਟਾਈਮ ਆਪਾਂ ਫਿਕਸ ਕਰ ਲਾਂਗੇ ਕਿਉਂਕਿ ਅੱਜ ਪਹਿਲਾ ਦਿਨ ਸੀ ਥੋੜੀ ਬਹੁਤ ਲिटल ਬਿਟ ਡਿਸਟਰਬ ਸੋ ਸਟੂਡੈਂਟਸ ਤਾਂ ਥੋੜਾ ਜਿਹਾ ਪੇਸ਼ੈਂਸ ਬਣਾ ਕੇ ਜ਼ਰੂਰ ਰੱਖਿਆ ਕਰੋ ਇਹ ਜ਼ਰੂਰ ਬੇਨਤੀ ਹੈ ਜੀ ਤੁਹਾਨੂੰ ਠੀਕ ਹੈ ਤਾਂ ਸਟੂਡੈਂਟਸ ਕੋਈ ਵੀ ਤੁਸੀਂ ਸੁਜੈਸ਼ਨ ਦੇਣਾ ਚਾਹੋ ਤਾਂ ਬੋਲ ਸਕਦੇ ਹੋ ਇੱਕ ਬੇਟ ਆਪਣੇ ਕੋਲ ਕੋਈ ਪ੍ਰਸ਼ਨ ਪੁੱਛਣਾ ਚਾਹੋ ਠੀਕ ਹੈ ਜੀ ਹਾਂਜੀ ਪ੍ਰਾਕਰਮ ਦਿਵਸ ਜੀ ਬਿਲਕੁਲ ਹਾਂਜੀ ਅਲੀਸ਼ਾ ਦੈਟ ਇਜ਼ 23rd ਆਫ ਜਨੂਅਰੀ ਬਰਥਡੇ ਆਫ ਸੁਭਾਸ਼ ਚੰਦਰ ਬੋਸ ਠੀਕ ਹੈ ਮੇਰਾ ਟੀਚਿੰਗ ਵਾਲੇ 5 ਮਾਰਕਸ ਤੋਂ ਰਹਿ ਗਿਆ ਜੀ ਜਨਰਲ ਕਰਕੇ ਓਕੇ ਜੀ ਇਜ਼ੀ ਮੈਥਸ ਹਾਂਜੀ ਸਰ ਨੰਬਰ ਆਫ ਕੁਐਸਚਨ ਇਨਕਰੀਸ ਹੋਰ ਓਕੇ ਮਨਦੀਪ ਜੀ ਲੋ ਜੀ ਇਹ ਵੀ ਆਪਾਂ ਕੋਸ਼ਿਸ਼ ਕਰਦੇ ਹਾਂ हाँ जी बिल्कुल हर रोज़ क्लास आप करा एंड सर क्लास रेगुलर करो एंड पटवारी एग्जाम की एक्सपैक्टेड डेट uh, सोमा शर्मा uh, जो एक्सपैक्टेड डेट हजे कुछ नहीं है हजे एटलीस्ट दो महीने हैं नेटलीस्टी आराम तैयारी करो मेहनत नाल तैयारी करो उसकी एंड ऑल गुड है आंसर ओके लवप्रीत जी थैंक यू ਐਂਡ ਨੈਪਚੁਲਦਾਰ ਦਾ ਟੈਸਟ ਕਦੋਂ ਤੱਕ ਹੋ ਸਕਦਾ ਹੈ ਨੈਪਚੁਲਦਾਰ ਹੈ ਅਗਲੇ ਮਹੀਨੇ ਹੋਏਗਾ ਜੀ ਮਾਰਚ ਦੇ ਵਿੱਚ ਹੋਏਗਾ ਐਂਡ ਸਾਡਾ ਜੋ ਇੱਕ ਕ੍ਰੈਸ਼ ਕੋਰਸ ਵੀ ਹੈ ਅਗਲੇ ਹਫਤੇ ਤੋਂ ਮੰਡੇ ਤੋਂ ਸਟਾਰਟ ਹੋ ਰਿਹਾ ਹੈ ਜੇ ਤੁਸੀ ਉਹਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ ਠੀਕ ਹੈ ਐਂਡ ਕੱਲ ਕਲਾਸ ਟਾਈਮ ਹਾਂਜੀ ਬਿਲਕੁਲ ਜੀ ਕੱਲ ਟਾਈਮ ਆਪਾਂ 10:00 ਹੀ ਇਹਨੂੰ ਫਿਕਸ ਕਰਾਂਗੇ ਟਾਈਮ ਨੂੰ ਐਂਡ 10:00 ਆਪਣਾ ਫਿਕਸ ਰਹੇਗਾ ਕੱਲ ਤੋਂ ਆਪਾਂ 10 ਵਜੇ ਹੀ ਇਸ ਕਲਾਸ ਨੂੰ ਕਰਿਆ ਕਰਾਂਗੇ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਸਟੂਡੈਂਟਸ ਐਂਡ ਯੂ نو ਆਪਣਾ ਜੋ ਹੈ ਤਿਆ ਯੂ ਪੇਰੈਂਟਸ ਦਾ ਜੋ ਸੁਪਨਾ ਹੈ ਪੂਰਾ ਕਰ ਸਕੋ ਥੈਂਕ ਯੂ ਥੈਂਕ ਯੂ ਵੈਰੀ ਮਚ